ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁਣਾ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਸਾਰੀਆਂ ਜਿਹੜੀਆਂ ਨਿਊਜ਼ਸ ਨੇ ਜਿਹੜੀਆਂ ਖਬਰਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਪਰ ਉਸ ਤੋਂ ਪਹਿਲਾਂ ਇੱਕ ਮਾਣਮਤੀ ਸ਼ਖਸੀਅਤ ਜਿਹੜੇ ਅੱਜ ਸਾਡਾ ਸਾਥ ਛੱਡ ਗਏ ਜੇ ਮੈਂ ਉਹਨਾਂ ਨੂੰ ਕਹਾਂ ਕਿ ਜਰਨਲਿਜ਼ਮ ਦਾ ਭਿਸ਼ਮ ਪਿਤਾਮਾ ਤਾਂ ਕੋਈ ਗੈਰਤ ਵਾਲੀ ਗੱਲ ਕੋਈ ਹੈਰਤ ਵਾਲੀ ਗੱਲ ਨਹੀਂ ਹੋਊਗੀ ਮੇਰੇ ਕਹਿਣ ਤੋਂ ਭਾਵ ਪੰਜਾਬ ਟਾਈਮ ਦੇ ਬਾਨੀ ਅਤੇ ਸਾਡੇ ਸਾਰਿਆਂ ਦੇ ਜਿਨ੍ਹਾਂ ਨੂੰ ਮੈਂ ਕਾਫੀ ਪੜ੍ਹਦਾ ਰਿਹਾ ਹਾਂ ਅਤੇ ਫੋਲੋ ਕਰਦਾ ਰਿਹਾ ਹਾਂ ਸਰਦਾਰ ਅਮੋਲਕ ਸਿੰਘ ਜੰਮੂ ਅੱਜ ਸਦੀਵੀ ਵਿਛੋੜਾ ਦੇ ਗਏ ਦਰਸ਼ਕੋ ਕਈ ਸ਼ਖਸ ਹੁੰਦੇ ਜਿਹੜੇ ਆਪਦੀਆਂ ਪੈੜਾਂ ਛੱਡ ਜਾਂਦੇ ਆ ਉਹ ਪੈੜਾਂ ਨੂੰ ਫੋਲੋ ਕਰ ਕਰਕੇ ਲੋਕ ਆਪਦਾ ਮੁਕਾਮ ਹਾਸਲ ਕਰਦੇ ਆ ਇਹ ਸ਼ਖਸੀਅਤ ਉਹਨਾਂ ਵਿੱਚੋਂ ਇੱਕ ਸੀ ਸਰਦਾਰ ਅਮੋਲਕ ਸਿੰਘ ਜਾਖੜ ਜੰਮੂ ਅਸੀਂ ਇਹ ਤੋਂ ਵੱਧ ਹੋਰ ਕੁਛ ਨਹੀਂ ਕਹਿ ਸਕਦੇ ਅਦਾਰਾ ਜਸ ਪੰਜਾਬੀ ਅਤੇ ਮੈਂ ਉਹਨਾਂ ਦੀ ਇਸ ਆਕਸਮਿਕ ਮੌਤ ਜਿਹੜੀ ਹੋ ਗਈ ਹੈ ਉਹਦੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਉਸ ਵਾਹਿਗੁਰੂ ਮੁਹਰੇ ਉਸ ਪਰਮਾਤਮਾ ਮੁਹਰੇ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦਰਸ਼ਕੋ 1990 ਦੇ ਏਰਾ ਦੇ ਵਿੱਚ ਇਹਨਾਂ ਨੇ ਪੰਜਾਬ ਟਾਈਮ ਸ਼ੁਰੂ ਕੀਤਾ ਸਦਾ ਹੱਕ ਸੱਚ ਲਈ ਲੜਦੇ ਰਹੇ ਔਰ ਖੜਦੇ ਰਹੇ ਪਰਮਾਤਮਾ ਮਿਹਰ ਕਰੇ ਪਿੱਛੇ ਪੂਰੇ ਪਰਿਵਾਰ 'ਤੇ ਅਤੇ ਸਾਡੀ ਸਿੰਪਤੀ ਪੂਰੇ ਪਰਿਵਾਰ ਦੇ ਨਾਲ ਦਰਸ਼ਕੋ ਬਹੁਤ ਕੁਛ ਨਵਾਂ ਵਾਪਰ ਗਿਆ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਸੀ ਉਹਨਾਂ ਦੇ ਵਿੱਚ ਕਈ ਖਬਰਾਂ ਬਹੁਤ ਧਿਆਨ ਮੰਗਦੀਆਂ ਨੇ ਉਹਦੇ ਵਿੱਚ ਖਾਸ ਕਰਕੇ ਸਾਡੇ ਭਾਰਤ ਦੇ ਪ੍ਰਧਾਨ ਕਾਫੀ ਟਾਈਮ ਬਾਅਦ ਅਤੇ ਉਹਨਾਂ ਨੇ 5-6 ਚੀਜ਼ਾਂ ਬਹੁਤ ਹੀ ਵਧੀਆ ਚੱਕੀਆਂ ਜਿਹੜੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੱਖ ਬਣ ਕੇ ਆਈ ਹੈ ਕੰਪਲੀਟ ਲਾਕਡਾਊਨ ਜਿਹੜਾ ਹੈ ਕੋਈ ਚੋਇਸ ਨਹੀਂ ਹੈ ਕਿਉਂਕਿ ਉਸ ਨਾਲ ਇਕਾਨਮੀ ਨੂੰ ਬਹੁਤ ਜ਼ਿਆਦਾ ਧੱਕਾ ਲੱਗਦਾ ਹੈ ਪਰ ਜੇ ਜ਼ਰੂਰਤ ਪਈ ਕੰਪਲੀਟ ਲਾਕਡਾਊਨ ਦੀ ਤਾਂ ਉਹ ਰਾਜ ਸਰਕਾਰਾਂ ਦੇ ਉੱਪਰ ਹੈ ਉਹਨੂੰ ਲਾਸਟ ਚੋਇਸ ਅਖੀਰਲਾ ਉਪਾਅ ਮੰਨ ਕੇ ਚੱਲਣ ਪਹਿਲਾਂ ਕੰਪਲੀਟ ਲਾਕਡਾਊਨ ਨਾ ਕਰਨ ਉੱਥੇ ਉਹਨਾਂ ਨੇ ਦੂਜਾ ਇਹ ਕਿਹਾ ਕਿ ਕਰੀਬ 2.5 ਲੱਖ ਤੋਂ ਉੱਪਰ ਕੇਸ ਆ ਰਹੇ ਨੇ 1,80,000 ਤੋਂ ਉੱਪਰ ਮੌਤਾਂ ਹੋ ਗਈਆਂ ਕਰੋਨਾ ਦੀ ਵਜ੍ਹਾ ਨਾਲ ਦਰਸ਼ਕੋ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਕਿ ਮੇਰੀ ਸੰਵੇਦਨਾਏ ਆਪਕੇ ਸਾਥ ਹੈ ਜਿਹੜਾ ਤੁਸੀਂ ਝੱਲ ਰਹੇ ਹੋ ਜਾਂ ਪਹਿਲਾਂ ਚੱਲਿਆ ਆ ਮੈਂ ਸਮਝਦਾ ਅਤੇ ਮੇਰੀ ਸੰਵੇਦਨਾਏ ਤੁਹਾਡੇ ਨਾਲ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਸ ਟਾਈਮ ਅਸੀਂ ਭਾਰੀ ਦਿੱਕਤ ਜਿਹੜੀ ਆਕਸੀਜਨ ਦੀ ਕਮੀ ਹਸਪਤਾਲਾਂ ਦੇ ਵਿੱਚ ਆਈ ਹੈ ਉਹਦੀ ਕਮੀ ਨਾਲ ਜੂਝ ਰਹੇ ਹਾਂ ਔਰ ਅਸੀਂ ਕੋਸ਼ਿਸ਼ ਕਰ ਰਹੇ ਰਾਜ ਸਰਕਾਰ ਅਤੇ ਸਟੇਟ ਗੌਰਮੈਂਟ ਵੀ ਸੈਂਟਰਲ ਗੌਰਮੈਂਟ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਹਸਪਤਾਲਾਂ ਦੇ ਵਿੱਚ ਜਿਹੜੀ ਆਕਸੀਜਨ ਦੀ ਜਿਹੜੀ ਪੂਰੀ ਸਪਲਾਈ ਦਿੱਤੀ ਜਾਵੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੈਕਸੀਨ ਦੀ ਕਮੀ ਵੀ ਆ ਰਹੀ ਹੈ ਮੰਨਦੇ ਹਾਂ ਕਿ ਕਿਤੇ ਬਾਹਰ ਇੰਪੋਰਟ ਕਰਨੀਆਂ ਪਈਆਂ ਐਕਸਪੋਰਟ ਕਰਨੀਆਂ ਪਈਆਂ ਪਰ ਉਹ ਵੀ ਸਮੇਂ ਦੀ ਜ਼ਰੂਰਤ ਸੀ ਪਰ ਹੁਣ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਮੈਨੂਫੈਕਚਰਿੰਗ ਹੋ ਸਕੇ ਅਸੀਂ ਛੇਤੀ ਕਰਾਂਗੇ ਤਾਂ ਹਰੇਕ ਬੰਦੇ ਨੂੰ ਵੈਕਸੀਨ ਲੱਗੇ ਇਹ ਸਾਡੀ ਪ੍ਰਾਇਓਰਟੀ ਰਹੇਗੀ ਔਰ ਬਾਅਦ ਵਿੱਚ ਉਹਨੇ ਕਿਹਾ ਕਿ ਬੈਡਸ ਦੀ ਕਮੀ ਆ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਕੂਲ ਕਾਲਜਿਸ ਜਾਂ ਹੋਰ ਕੋਈ ਵੱਡੇ ਅਦਾਰਿਆਂ ਨੂੰ ਬੰਦ ਕਰਕੇ ਉਹਨਾਂ ਨੂੰ ਟੈਂਪਰੇਰਲੀ ਜੋ ਹੈ ਕੋਵਿਡ ਵਾਰਡ ਦੇ ਵਿੱਚ ਬਦਲ ਦਿੱਤਾ ਜਾਵੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਦਰਸ਼ਕੋ ਉਹਨਾਂ ਨੇ ਕਿਹਾ ਕਿ ਤਾਕੀਦ ਕੀਤੀ ਹੈ ਕਿ ਇੱਕ ਛੋਟਾ ਮਹੱਲਾ ਕਮੇਟੀ ਦੇ ਵਿੱਚ ਛੋਟਾ ਮਹੱਲਾ 5-5, 7-7 ਜਣਿਆਂ ਦੀ ਕਮੇਟੀ ਬਣਾਓ ਅਤੇ ਉਹ ਲੋਕਾਂ ਨੂੰ ਸੰਭਾਲੇ ਕਿ ਜੇ ਕੋਈ ਬਿਮਾਰ ਹੁੰਦਾ ਆ ਜੇ ਕੋਈ ਕੋਵਿਡ-19 ਹੈ ਉਹਨੂੰ ਆਈਸੋਲੇਸ਼ਨ ਕਿੱਦਾਂ ਕਰਨਾ ਹੈ ਬਜਾਏ ਕਿ ਆਪਾਂ ਪੂਰੇ ਦਾ ਪੂਰਾ ਨਿਰਭਰ ਕਰ ਜਾਈਏ ਮੈਡੀਕਲ ਸਹਾਇਤਾ ਦੇ ਉੱਤੇ ਡਾਕਟਰਾਂ ਦੇ ਉੱਤੇ ਕਿਉਂਕਿ ਐਡੀ ਵੱਡੀ ਆਬਾਦੀ ਵਾਲੇ ਦੇਸ਼ ਨੂੰ ਅਤੇ ਇੰਨੀ ਜਦੋਂ ਜਨਸੰਖਿਆ 2.5 ਲੱਖ ਤੋਂ ਉੱਪਰ ਕੇਸ ਆ ਰਹੇ ਹੋਣ ਤਾਂ ਡਾਕਟਰਾਂ ਦੇ ਵੱਸੋਂ ਬਾਹਰ ਗੱਲ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਦਿੱਲੀ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਾਲਾਤ ਇਹ ਹੋ ਗਏ ਨੇ ਕਿ ਪਿਛਲੇ 4-5 ਘੰਟਿਆਂ ਤੋਂ ਸਤਿੰਦਰ ਜੈਨ ਜਿਹੜੇ ਉੱਥੋਂ ਦੇ ਦਿੱਲੀ ਦੇ ਸਿਹਤ ਮੰਤਰੀ ਨੇ ਉਹਨਾਂ ਦਾ ਕਲੀਅਰ ਬਿਆਨ ਆਇਆ ਕਿ
कुछ हॉस्पिटल्स दे विच, कुछ हॉस्पिटल्स दे विच ऑक्सीजन की जिहड़ी सप्लाई है सिर्फ 5 से 6 घंटे की ही रह गई है। उत्थे जिहड़ा गवर्नमेंट वालों सेंट्रल गवर्नमेंट हो कि हो ऑक्सीजन की जिहड़ी सप्लाई है पिछों घट आ रही है, तुसीं पेशेंट नूं थोड़ी जी कमी करो। दर्शकों होर बहुत चीज़ा ने इत्थे, बहुत चीज़ा ने जिहड़ियां आपां ध्यान मंगदे हां, तुहाडा मैं शेयर जरूर करूँगा। तो पर आप रुकते एक छोटी जी ब्रेक के लिए, इदा बने रहो जस पंजाबी ते। स्वागत जी तुहाडा सारयां दा फेर ब्रेक तो बाद, मैं तुहाडा गुरलाल फेर हाजिर प्रोग्राम ओपन प्लेटफॉर्म लैके। दर्शकों मैं तुहाडे रूबरू हूँ ट्यूजडे वेंसडे थर्सडे शाम 9 बजे पैसिफिक टाइम साडे कैलिफोर्निया स्टूडियो तो। जिदा कि मैं जिक्र किया कि पत्रकारिता जर्नलिज्म के बिशम पितामा सरदार अमोलक सिंह जम्मू सानू अज छड़ के सदीवी विछोड़ा दे गए ने। अदारा जस पंजाबी ते मैं असी उन्हां दे मौत ते उन्हां दे सदीवी विछोड़े ते दुख दा प्रगटावा करदे हैं। ते फिर अरदास करते हैं परमात्मा मोरे उन्होंने आपके चरणों च वासा दे ते पिछे परिवार को भाणा मनण दा बल बख्शे। दर्शकों आप गल करते अपने माणयोग प्रधानमंत्री श्री नरेंद्र मोदी जी वालों अज 19 मिनटां दी स्पीच, मैं काफ़ी कुछ कवर किया। पहला कि 2.5 लाख तो उपर जिहड़ी है केस आ रहे ने अज इन्हां दिनां दे विच, ढाई कि कल का जिहड़ा अंकड़ा सी 2,74,000 के करीब सी। दर्शको आ जिहड़ियां 6-7 चीज़ां उन्होंने दसियां कि आपां नूं आह करन दी लोड़ है। उन्होंने ये भी कहा कि जिहड़ी कंप्लीट शटडाउन है ना, कंप्लीट लॉकडाउन है, वह अखीरली चॉइस होगी। उस तो पहला उन्होंने कहा कि डिस्टेंसिंग रखो, जिहड़ा कि हर ही कर रहा, पर इत्थे क्वेश्चन खड़ा हो जाता है कि प्रधानमंत्री जी ने साडे बड़े माणमते ने प्रधानमंत्री जी, यह इन्नी एक्सट्रीम च जदों सिचुएशन चलेगी हुण क्यों उन्होंने ये गल कही। पहला तो आप पिया 60-60 हज़ार दियां रैलियां कर रहे सी ना, वैस्ट बंगाल, तमिलनाडु, केरला, असाम, पांडुचेरी, उन्होंने बहुत वड्डियां वड्डियां रैलियां कीतियां। हुण जदों इलैक्शन का काम करीब करीब खत्म है तो हुण उन्होंने इस पासे ध्यान दिता, चंगी गल है दिता और देना बनता भी सीगा। पर सरकारां दा काम हुंदा है, खास करके जिहड़ी असी मुश्किलां झेलियां सी, जिहड़ी सिचुएशन चो असी लंघ के आए सी पिछले साल, उस तो बाद तो सरकार दी पहली प्रायोरिटी बन जाती है कि आने वाले टाइम दे विच इदां दी जी कोई गल हो जाती है तो असी की प्रिकॉशनस लैने हैं। कि उदों सरकारां दी जिम्मेवारी नहीं बनती सी कि असी ऑक्सीजन दे प्लांट्स लाइए, उदों सरकारां दी जिम्मेवारी नहीं बन जाती सी कि असी इनफ साडी पापूलेशन वास्ते इनफ वैक्सीन अवेलेबल करिए जस्ट इन केस जे ये दोबारा करोना वायरस की सैकेंड लेयर जे आउंदी है। हुण इस टाइम हालात इंडिया दे ने कि पहली लेयर नालों भी खतरनाक है। सब तो ज़्यादा मारदे हेट महाराष्ट्र स्टेट है जिथे कंप्लीट लॉकडाउन किसी टाइम भी लग सकता है। दर्शको और 1,757 डैथ्स हुई ने पिछले 24 घंटे करोना वायरस की, जो कि काउंटेड ने, काउंटेड जे कि अनकाउंटेड रह गया जो सिस्टम है उतों का तो आप अंदाजा लाना बहुत औखा है। उस तो बाद आप दर्शकों चलते कि मजदूर आदिवासी मजदूर जेडे छत्तीसगढ़, झारखंड, उत्तर प्रदेश, बिहार तो आपका काम कार रोटी रोजी ले जेडे वड्डे शहरां च आए सीगे वो वापस जाने शुरू हो गए। गल फिर उत्थे आंदी कि साडी सरकारां दी जिम्मेवारी बनती है कि जे वो वापस आए सी उन्होंने काम ते लाया सी, जे इदां दे हालात बन गए सी तो उन्हां दे रहन ते खाण दा उन्हां दी दवाई दा इंतजाम पहलां हो जाना चाहिदा सी। पर अज जो मजबूर ने, आ पिछले 4-5 घंटिया दी ही रिपोर्ट है जदों कि सवेर दे 3 बजे सी इंडिया दे विच, ते दिल्ली दा जिहड़ा अंतरराज्य बस स्टैंड है उत्थे करीब करीब हज़ारां दी तादाद दे विच ओह मजदूर बेचारे आपकी बस की वेट कर रहे कि किसी ना किसी तरह असी आपके घर पहुँच जाइए। हालात इन्ने हैं कि एकदम जुड़ जुड़ के बैठे हैं। एक मजदूर का कहना सी कि मैनू आपके मिल मालिक ने कहा कि तुसी हुण मैनू फैक्टरी बंद करनी पै सकती एनी टाइम, तुसी आपके घर चले जाओ नहीं तो पिछली बार वांगू तुसी कितने स्टक हो जाओगे। तो वह कहता कि मैं घर फोन किया कि मैं ऑटो लैके आ रहा किराए ते तुसी समान बन लो अज ही आपां सारा कुछ बन के, वह कहिंदे कि 2 गठड़ियां साडा समान आ गया असी बन के बस स्टैंड ते बैठे हैं।
ਦਰਸ਼ਕੋ ਆਪਾਂ ਮਹਾਂਸ਼ਕਤੀ ਬਣਨ ਦੀਆਂ ਗੱਲਾਂ ਕਰ ਰਹੇ ਹਾਂ ਔਰ ਮਾਣ ਮੱਤੇ ਇੰਡੀਆ ਦੇ ਨਾਗਰਿਕ ਰਹੇ ਹਾਂ ਉੱਥੇ ਗੱਲ ਕਿਤੇ ਨਾ ਕਿਤੇ ਫਟਕਦੀ ਹੈ ਕਿ ਜਦੋਂ ਇੰਨੀ ਵੱਡੀ ਮਾਰ ਚੱਲ ਚੁੱਕੇ ਸੀ ਅਸੀਂ ਉਦੋਂ ਗੌਰਮੈਂਟ ਜਿਹੜੀਆਂ ਸਰਕਾਰਾਂ ਉਹਨਾਂ ਦਾ ਪਹਿਲਾ ਦਾਇਤਵ ਬਣ ਜਾਂਦਾ ਹੈ ਕਿ ਅਸੀਂ ਜੇ ਇਦਾਂ ਦੀ ਕੋਈ ਪ੍ਰੋਬਲਮ ਆਈ ਜਿਹੜੀ ਪਿਛਲੇ ਸਾਲ ਆਈ ਸੀ ਤਾਂ ਇਹਦੇ ਲਈ ਕਿੱਦਾਂ ਨਜਿੱਠਣਾ, ਨਾ ਕਿ ਅਸੀਂ ਜਾ ਕੇ ਆਪਦੀ ਰਾਜਨੀਤੀ ਕਰੀਏ ਕਿ ਫਲਾਨੀ ਪਾਰਟੀ ਦਾ ਨੇਤਾ ਫਲਾਨੀ ਜਗ੍ਹਾ ਗਿਆ ਤਾਂ ਉਹਨੇ 50,000 60,000 ਦੀ ਰੈਲੀ ਕੀਤੀ, ਫਲਾਨੀ ਪਾਰਟੀ ਦਾ ਨੇਤਾ ਫਲਾਨੀ ਜਗ੍ਹਾ ਗਿਆ ਤਾਂ ਉਹਨੇ ਇਹ ਕਿਹਾ ਵੋ ਕਿਹਾ। ਉਦੋਂ ਆਪਾਂ ਉਵੇਸਲੇ ਕਿਉਂ ਰਹੇ, ਕੁਐਸਚਨ ਖੜਾ ਹੁੰਦਾ ਹੈ ਇਸ ਚੀਜ਼ 'ਤੇ। ਉਸ ਤੋਂ ਅੱਗੇ ਚੱਲਦੇ ਹਾਂ ਦਰਸ਼ਕੋ ਕਿ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ ਦਾ ਜਿਹੜਾ ਹਾਈਕੋਰਟ ਹੈ, ਇਲਾਹਾਬਾਦ ਹਾਈਕੋਰਟ ਜਿਹਨੂੰ ਅੱਜ ਕੱਲ੍ਹ ਪ੍ਰਯਾਗਰਾਜ ਕਹਿੰਦੇ ਨੇ, ਉਹਨਾਂ ਨੇ ਹਾਲਾਤ ਨੂੰ ਦੇਖਦੇ ਹੋਏ 5 ਵੱਡੇ ਸ਼ਹਿਰਾਂ 'ਚ, ਯਾਨੀ ਕਿ ਪ੍ਰਯਾਗਰਾਜ, ਕਾਨਪੁਰ, ਗੋਰਖਪੁਰ, ਵਾਰਾਣਸੀ ਅਤੇ ਆਪਣਾ ਇੱਕ ਸ਼ਹਿਰ ਹੋਰ ਹੈ ਲਖਨਊ, ਉਹਦੇ ਵਿੱਚ ਕੰਪਲੀਟ ਲਾਕਡਾਊਨ ਦਾ ਆਰਡਰ ਦੇ ਦਿੱਤਾ। ਪਰ ਲੋਕਾਂ ਨੇ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ, ਮਾਣਯੋਗ ਸੁਪਰੀਮ ਕੋਰਟ ਨੇ ਉਹ ਆਰਡਰ ਹਟਾ ਦਿੱਤਾ ਕਿ ਨਹੀਂ, ਇਹ ਲਾਕਡਾਊਨ ਨਹੀਂ ਲੱਗ ਸਕਦਾ। ਕੁਐਸਚਨ ਇਹ ਨਹੀਂ ਹੈ ਕਿ ਮਾਣਯੋਗ ਹਾਈਕੋਰਟ ਨੇ ਆਰਡਰ ਕੀਤਾ ਅਤੇ ਮਾਣਯੋਗ ਸੁਪਰੀਮ ਕੋਰਟ ਨੇ ਕੀ ਹੈ, ਕੁਐਸਚਨ ਇਹ ਹੈ ਕਿ ਸਾਡੀਆਂ ਸਰਕਾਰਾਂ, ਸਾਡੇ ਜ਼ਿੰਮੇਵਾਰ ਜਿਹੜੇ ਔਰਗੇਨਾਈਜੇਸ਼ਨਸ ਹੈ ਉਹ ਕਿੱਥੇ ਸੀ, ਕਿਉਂ ਇਹ ਨੌਬਤ ਆਈ, ਅਸੀਂ ਕੀ ਅਵੇਸਲੇ ਹੋ ਗਏ ਸੀ। ਉਹਦੇ ਵਿੱਚ ਖੁਦ ਨਾਗਰਿਕ ਵੀ ਕਿਤੇ ਨਾ ਕਿਤੇ ਆਪਾਂ ਜ਼ਿੰਮੇਵਾਰ ਹੁੰਦੇ ਹਾਂ, ਜਿੱਥੇ ਆਪਣੀ ਜਿਹੜੀ ਬੇਸਿਕ ਨੈਤਿਕ ਜ਼ਿੰਮੇਵਾਰੀ ਬਣਦੀ ਆਪਾਂ ਉੱਥੋਂ ਭੱਜਦੇ ਹਾਂ। ਉਸ ਤੋਂ ਬਾਅਦ ਦੱਸੀਏ ਡੈਥਸ ਦੇ ਵਿੱਚ, ਦਰਸ਼ਕੋ ਰਾਜਸਥਾਨ ਪਿਛਲੇ 24 ਘੰਟਿਆਂ 'ਚ ਸਾਰਿਆਂ ਤੋਂ ਅੱਗੇ ਆ, 64 ਜਿਹੜੀਆਂ ਨੇ ਉਹ ਮੌਤਾਂ ਕਰੋਨਾ ਵਾਇਰਸ ਦੇ ਕਰਕੇ ਪਿਛਲੇ 24 ਘੰਟਿਆਂ 'ਚ ਰਾਜਸਥਾਨ 'ਚ ਹੋਈਆਂ, ਔਰ ਸਾਰ ਤੋਂ ਜ਼ਿਆਦਾ ਜੋਧਪੁਰ ਸਿਟੀ 'ਚ ਹੋਈਆਂ। ਉਸ ਤੋਂ ਬਾਅਦ ਅੱਗੇ ਵੱਧਦੇ ਹਾਂ ਦਰਸ਼ਕੋ, ਪੰਜਾਬ ਸਟੇਟ ਦੀ ਗੱਲ ਕਰ ਲਵਾਂ ਮੈਂ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਜਿਹੜੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਗਈ ਸੀ, ਉਹਨੇ ਆਪਦੀ ਰਿਪੋਰਟ ਮਾਣਯੋਗ ਹਾਈਕੋਰਟ ਦੇ ਵਿੱਚ ਭੇਜੀ, ਮਾਣਯੋਗ ਹਾਈਕੋਰਟ ਨੇ ਸਿੱਟ ਦੀ ਸਾਰੀ ਜਿਹੜੀ ਫਾਈਲ ਆ ਕੈਂਸਲ ਕਰ ਦਿੱਤੀ ਅਤੇ ਸਿੱਟ ਨੂੰ ਵੀ ਰੱਦ ਕਰ ਦਿੱਤਾ। ਉਸ ਤੋਂ ਬਾਅਦ ਆਈ ਜੀ ਕੁੰਵਰ ਪ੍ਰਤਾਪ ਸਿੰਘ ਜਿਹੜੇ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਦਰਸ਼ਕੋ ਇੱਕ ਮੈਂ ਤੁਹਾਨੂੰ ਗੱਲ ਬੜੀ ਦੱਸ ਦਿੰਦਾ ਕਿ ਉਹ IPS ਨੇ, ਇੰਡੀਅਨ ਪੁਲਿਸ ਸਰਵਿਸਿਜ਼ ਦੇ ਵਿੱਚ ਆਉਂਦੇ ਨੇ, ਉਹ ਸਟੇਟ ਗੌਰਮੈਂਟ ਨੇ ਉਹਨਾਂ ਦਾ ਜਿਹੜਾ ਅਸਤੀਫਾ ਲੈ ਲਿਆ, ਪਰ ਉਹ ਹਾਲੇ ਇੰਡੀਆ ਗੌਰਮੈਂਟ ਦੇ ਅੰਡਰ ਆਉਂਦੇ ਨੇ, ਉਹ ਹੋਮ ਮਿਨਿਸਟਰੀ ਦੇ ਉਹਨਾਂ ਕੋਲ ਗਿਆ ਹੋਇਆ, ਹਾਲੇ ਪੂਰੀ ਤਰ੍ਹਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ, ਉਹ ਹਾਲੇ ਵੀ ਵੈਸੇ ਆਫਿਸਰ ਨੇ ਹਾਲੇ ਵੀ। ਦਰਸ਼ਕੋ ਪੂਰਾ ਐਪੀਸੋਡ ਹੋਇਆ, ਆਪਾਂ ਕਿੰਤੂ ਪਰੰਤੂ ਨਹੀਂ ਕਰਦੇ ਕਿਸੇ ਵੀ ਚੀਜ਼ 'ਚ ਕਿ ਸਾਨੂੰ ਨਹੀਂ ਪਤਾ ਉਸ ਰਿਪੋਰਟ 'ਚ ਕੀ ਸੀਗਾ ਕੀ ਨਹੀਂ ਸੀਗਾ, ਜਦੋਂ ਤੱਕ ਉਹ ਅਪਲੋਡ ਨਹੀਂ ਹੋ ਜਾਂਦਾ ਮਾਣਯੋਗ ਹਾਈਕੋਰਟ ਦੇ ਡੇਟਾਬੇਸ ਦੇ ਉੱਤੇ, ਉਹਨਾਂ ਦੀ ਵੈਬਸਾਈਟ ਦੇ ਉੱਤੇ। ਕੁਐਸਚਨ ਇਹ ਹੈ ਕਿ 3-4 ਸਾਲ ਪਹਿਲਾਂ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਟੀਮ ਉਹ ਇਨਵੈਸਟੀਗੇਸ਼ਨ ਕਰਦੀ ਹੈ, ਉਹ ਟਾਈਮ ਲਾ ਕੇ ਰਿਪੋਰਟ ਦਿੰਦੀ ਹੈ, ਉਸ ਤੋਂ ਬਾਅਦ ਚਲੋ ਸਿੱਟ ਆਪਦਾ ਕੰਮ ਕਰਦੀ ਹੈ, ਉਹ ਵੀ ਕੈਂਸਲ ਹੋ ਜਾਂਦੀ ਹੈ, ਕਿਉਂ ਹੁੰਦੀ ਕਿਉਂ ਨਹੀਂ ਆਪਾਂ ਉੱਧਰ ਵੀ ਨਹੀਂ ਆਉਂਦੇ। ਕੁਐਸਚਨ ਇਹ ਹੈ ਦਰਸ਼ਕੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਜਿਹਦੇ ਨਾਲ ਆਮ ਇਕੱਲੇ ਸਿੱਖ ਨਹੀਂ, ਸਾਰੀ ਨਾਨਕ ਨਾਮ ਲੇਵਾ ਸੰਗਤ ਜਾਂ ਜੋ ਵੀ ਇੱਕ ਅੱਛਾ ਇਨਸਾਨ ਹੈ ਉਹਦੇ ਹਿਰਦੇ ਨੂੰ ਸੱਟ ਜ਼ਰੂਰ ਵੱਜੀ, ਤੋਂ ਵੇਟ ਕਰ ਰਿਹਾ ਕਿ ਇਹਦਾ ਇਨਸਾਫ ਹੋਵੇ। ਉਸ ਤੋਂ ਬਾਅਦ ਬਹਿਬਲ ਕਲਾਂ ਦੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ, ਦੋ ਨੌਜਵਾਨਾਂ ਦੀ ਗੋਲੀ ਲੱਗਣ ਨਾਲ, ਪੁਲਿਸ ਦੀ ਗੋਲੀ ਲੱਗਣ ਨਾਲ ਡੈਥ ਹੋ ਜਾਂਦੀ ਹੈ, ਉਹਨਾਂ ਦੇ ਘਰਦਿਆਂ ਨੂੰ ਇਨਸਾਫ ਕਦੋਂ ਮਿਲੂਗਾ? ਆਪਾਂ ਗੱਲ ਕਰ ਲੈਂਦੇ ਹਾਂ ਕਿ ਫਲਾਨਾ ਅਫਸਰ ਚੰਗਾ, ਫਲਾਨਾ ਜਸਟਿਸ ਚੰਗਾ, ਉਹਨਾਂ ਨੇ ਬਹੁਤ ਵਧੀਆ ਰਿਪੋਰਟ ਕੀਤੀ, ਪਰ ਫਲਾਨੀ ਪਾਰਟੀ ਵੱਲ ਇਸ਼ਾਰਾ ਕਰਤਾ, ਫਲਾਨੀ ਪਾਰਟੀ ਵੱਲ, ਇਹ ਗੱਲਾਂ ਚੱਲਦੀਆਂ ਹੀ ਆ ਅਤੇ ਚੱਲਦੀਆਂ ਰਹਿਣਗੀਆਂ, ਨਵੀਂ ਸਿੱਟ ਵੀ ਬਣ ਜੂਗੀ ਤਾਂ 5 ਸਾਲ ਉਹਨੇ ਹੋਰ ਲੰਘਾ ਦੇਣੇ ਹੈ, ਪਰ ਉਹ ਜਿਹੜੇ 2 ਨੌਜਵਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ? ਗੱਲ ਉੱਥੇ ਨਿਬੜਦੀ ਆ ਕੇ। ਉਸ ਤੋਂ ਬਾਅਦ ਦਰਸ਼ਕ ਆਪਾਂ ਚੱਲਦੇ ਹਾਂ ਕਿ ਇਜ਼ਰਾਇਲ, ਮੈਂ ਗੱਲ ਕਰਦਾ ਕਿ ਉਵੇਸਲੇ ਕਿਉਂ ਹੋਏ, ਜਿਹੜੀ ਗੌਰਮੈਂਟਾਂ ਉਵੇਸਲੀਆਂ ਨਹੀਂ ਹੋਈਆਂ ਉਹਨਾਂ ਦੇ ਰਿਜ਼ਲਟ ਬਿਲਕੁਲ ਸਾਹਮਣੇ ਆ, ਕੰਪਲੀਟ ਤੌਰ 'ਤੇ ਬਿਲਕੁਲ ਸਾਹਮਣੇ। ਗੱਲ ਕਰਦੇ ਹਾਂ ਦੇਸ਼ ਇਜ਼ਰਾਇਲ ਦੀ, ਇਜ਼ਰਾਇਲ ਦੇ ਵਿੱਚ 56% ਲੋਕਾਂ ਨੇ ਵੈਕਸੀਨ ਲੈ ਲਈ ਹੈ, ਬਾਹਰੋਂ ਆਉਣ ਜਾਣ ਵਾਲੇ 'ਤੇ ਕਾਫੀ ਪਾਬੰਦੀ ਹੈ, ਜੇ ਹੈ ਵੀ ਤਾਂ ਕੁਆਰੰਟਾਈਨ ਕੀਤਾ ਜਾਂਦਾ, ਅਤੇ ਉਸ ਤੋਂ ਬਾਅਦ ਦਰਸ਼ਕੋ ਅੱਜ ਉਹਨਾਂ ਨੇ ਕੰਪਲੀਟ
जिथे जिथे भी कोई लॉकडाउन सी कोई पाबंदियां सी वो चक दित्तियां ने। कोई मास्क लाना जरूरी नहीं है, कोई सोशल डिस्टेंसिंग जरूरी नहीं है। उन्होंने बहुत सोहना आपकी कंट्री ने संभालिया, मैनेज किया, फॉलोअप किया। अज वो ऐसे सिचुएशन च ने कि उन्होंने पूरी कंट्री के पूरे बिजनेस, पूरी ट्रांसपोर्टेशन, धार्मिक अदारे सारे खोल दिते हैं, तो कंट्री बैक टू नॉर्मल बेसिस पर आ गई है। दर्शकों गल करते हैं आप, उस तो बाद क्वेश्चन सारे दे आंसर तुसी कॉल करके सानू दस सकते हो तुहाडे विचार की ने। गल करते गुआंढी मुल्क पाकिस्तान की, हालात उत्ते बदतर बने हुए सी, पर अज एक उन्होंने जेडे होम मिनिस्टर ने शेख रशीद, उन्होंने यह बयान दिता कि असी जो है जिहड़ा फ्रांस के राजदूत ने उन्होंने इतों कढ़न बारे एक प्रस्ताव लैके आ रहे हैं बहुत छेती। उन्हें थोड़ा जा पूरे देश दे विच थोड़ा जा सुखाला सा आया, नहीं तो हालात बहुत बिगड़े हुए सी। मामला की सी, कुछ साल पहला फ्रांस की एक जिहड़ी मैगजीन कंपनी है उन्होंने मुहम्मद साहब बारे कोई कार्टून छापिया सी जिहड़ा कि नहीं होना चाहिए सी, असीं इस चीज़ की निखेधी करते हैं। ओ चलो गल हो ही निबड़ी, उस तो बाद जिहड़े फ्रांस के राजदूत उत्थे पाकिस्तान च ने उन्होंने कोई एहो जिहा सेंटेंस बोल दिता उस चीज़ बारे जिन्ना उत्थों की जिहड़ी संगठन है जिहड़े कि बहुत ज़्यादा कट्टरपंथी एक संगठन है तहरीक लबाइक, उन्होंने जो है इमरान खान सरकार ते दबाव बनाना शुरू कर दिता कि पूरे फ्रांसीसियां नूं इत्थों कढ़ो ते पूरे फ्रांस के नाल जिन्हें भी साढ़े संबंध आ, बिजनेस संबंध आ या होर आ जो भी, वो सारे तोड़ दिते जाण। ਉਹ ਨਾ ਹਾਂ ਨਾ ਹਾਂ ਨਾ ਪਹਿਲਾਂ ਪਾਕਿਸਤਾਨ ਸਰਕਾਰ ਨੇ ਦਰਸ਼ਕੋ ਮੰਨਿਆ ਸੀਗਾ ਕਿ ਅਸੀਂ 11-12 ਅਪ੍ਰੈਲ ਤੱਕ ਕੋਈ ਨਾ ਕੋਈ ਅਸੀਂ ਠੋਸ ਕਦਮ ਚੁੱਕਾਂਗੇ, ਫਿਰ ਬਾਅਦ 'ਚੋਂ ਕੈਂਸਲ ਕਰ ਦਿੱਤੀ ਗਈ। ਫਿਰ ਹਿੰਸਾ ਭੜਕੀ, ਕੁਛ ਪੁਲਿਸ ਵਾਲੇ ਵੀ ਮਾਰੇ ਗਏ ਅਤੇ ਕੁਛ ਆਮ ਨਾਗਰਿਕ ਵੀ ਮਾਰੇ ਗਏ ਉਹਦੇ ਵਿੱਚ, ਬਹੁਤ ਹਿੰਸਾ ਭੜਕੀ। ਉਹ ਅੱਜ ਫਿਰ ਇੱਕ ਬਿਆਨ ਜਿਹੜਾ ਉੱਥੋਂ ਦੇ ਜਿਹੜੇ ਹੋਮ ਮਿਨਿਸਟਰ ਨੇ ਸ਼ੇਖ ਰਸ਼ੀਦ, ਉਹਨਾਂ ਨੇ ਇਹ ਜਾਰੀ ਕੀਤਾ ਕਿ ਅਸੀਂ ਪ੍ਰਸਤਾਵ ਲੈ ਕੇ ਆ ਰਹੇ ਹਾਂ। ਉਸ ਤੋਂ ਬਾਅਦ ਦਰਸ਼ਕੋ ਕਾਫੀ ਜੋ ਹੈ ਹਿੰਸਾ ਠੰਮੀ ਹੈ, ਤਾਂ ਉਸ ਤੋਂ ਨਾਲ ਜਿਹੜੇ ਤਰੀਕੇ ਲਿਬਾਇਕ ਜਿਹੜੇ ਉਹਨਾਂ ਦੇ ਜਨਾਬ ਰਿਜਵੀ ਸਾਹਿਬ ਸੀ ਜਿਹੜੇ ਉਹਨਾਂ ਦੇ ਹੈੱਡ, ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸੀ, ਉਹਨਾਂ ਨੂੰ ਵੀ ਛੱਡ ਦਿੱਤਾ ਤਾਂ ਕਿ ਬੈਕ ਟੂ ਨੋਰਮਲ ਸਾਰੀ ਸਿਚੁਏਸ਼ਨ ਆ ਸਕੇ। ਦਰਸ਼ਕੋ ਗੱਲ ਇਹ ਨਹੀਂ ਹੈ ਕਿ ਕਿਸੇ ਨੇ ਮੁਹੰਮਦ ਸਾਹਿਬ, ਬਿਲਕੁਲ ਬਹੁਤ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਆਪਾਂ ਕਿਉਂ ਉਸ ਕਦਰਾਂ ਕੀਮਤਾਂ ਨੂੰ ਭੁੱਲ ਜਾਂਦੇ ਹਾਂ ਕਿ ਕਿਸੇ ਵੀ ਧਰਮ ਦਾ, ਕਿਸੇ ਵੀ ਧਰਮ ਦਾ ਨਿਰਾਦਰ ਨਾ ਹੋਵੇ, ਕਿਸੇ ਧਰਮ ਗੁਰੂ ਦਾ ਨਿਰਾਦਰ ਨਾ ਹੋਵੇ। ਉਸ ਤੋਂ ਬਾਅਦ ਜੇ ਕੱਟੜਪੰਥੀ ਫੈਲਦੇ ਵੀ ਆ ਤਾਂ ਆਪਾਂ ਇਤਰਾਜ਼ ਕਰਦੇ ਹਾਂ, ਪਰ ਉੱਥੇ ਸੇਮ ਟਾਈਮ ਆਪਾਂ ਇਹ ਕਹਿੰਦੇ ਕਿ ਡਿਸਿਪਲਿਨ ਬਣਾਏ ਰੱਖਣਾ ਚਾਹੀਦਾ। ਸਾਨੂੰ ਫਿਕਰ ਸੀਗਾ ਕਿ ਵਿਸਾਖੀ ਦੇ ਸਮਾਰੋਹ ਦੇ ਵਿੱਚ ਜਿਹੜਾ ਜੱਥਾ ਇੰਡੀਆ ਤੋਂ ਉੱਥੇ ਗਿਆ ਹੋਇਆ ਉਹ ਅੱਜ ਵੀ ਸਟੱਕ ਆ, ਕਿ ਪਾਕਿਸਤਾਨ ਗੌਰਮੈਂਟ ਹਰ ਇੱਕ ਬੰਦੇ ਦੀ ਸਿਕਿਉਰਿਟੀ ਦਾ ਜ਼ਿੰਮਾ ਕਹਿਣ ਨੂੰ ਤਾਂ ਲੈ ਲੂਗੀ, ਪਰ ਕੀ ਸੁਰੱਖਿਅਤ ਰਹਿ ਸਕਦੇ ਐਡੀ ਵੱਡੀ ਹਿੰਸਾ ਦੇ ਵਿੱਚ? ਸੋਚਣ ਵਾਲੀ ਗੱਲ ਹੈ। ਉਸ ਤੋਂ ਬਾਅਦ ਦਰਸ਼ਕੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਵੇਸਲੇਪਨ ਦੀ ਮੈਂ ਤੁਹਾਨੂੰ ਗੱਲ ਦੱਸੀ ਹੈ ਬੜੇ ਚੰਗੇ ਤਰੀਕੇ ਨਾਲ, ਕਿ ਇਜ਼ਰਾਈਲ ਨੇ ਹਰ ਕਦਮ ਫੂਕ ਫੂਕ ਕੇ ਰੱਖਿਆ, ਅਤੇ ਅੱਜ ਉਹ ਇਸ ਸਿਚੁਏਸ਼ਨ 'ਚ ਨੇ ਕਿ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਇਜ਼ਰਾਈਲ ਦੇਸ਼ ਆ ਉਹ ਖੋਲ੍ਹ ਦਿੱਤਾ ਚੰਗੀ ਤਰ੍ਹਾਂ, ਕੋਈ ਉਹਦੇ ਵਿੱਚ ਰਿਸਟ੍ਰਿਕਸ਼ਨ ਨਹੀਂ ਰਹਿ ਗਈ ਇਜ਼ਰਾਈਲ ਦੇ ਵਿੱਚ। ਉੱਥੇ ਮੈਂ ਦੱਸਦਾ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੇ ਜਿਹੜੇ CMO ਨੇ, ਚੀਫ ਮੈਡੀਕਲ ਆਫਿਸਰ ਡਾਕਟਰ ਗਿਰਧਾਰੀ ਲਾਲ ਮਹਿਰੜਾ, ਦਰਸ਼ਕੋ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ, ਬਹੁਤ ਹੀ ਅੱਛਾ, ਹਰ ਘਰ ਗਏ, ਲੋਕਾਂ ਨੂੰ ਜਾਗਰੂਕ ਕਰਾਇਆ ਕਿ ਕੀ ਬਿਮਾਰੀ ਹੈ, ਕੀ ਪ੍ਰੀਕੋਸ਼ਨਸ ਨੇ, ਬੜੇ ਲੰਬੇ ਟਾਈਮ ਤੋਂ ਚੰਗਾ ਕੰਮ ਕਰ ਰਹੇ ਸੀ। ਔਰ ਉਹਨਾਂ ਨੇ ਪਿਛਲੇ ਮਹੀਨੇ ਆਪਦੀ ਵੈਕਸੀਨ ਵੀ ਲਵਾ ਲਈ ਸੀ, ਪਰ ਇੱਕ CMO ਨੇ, ਚੀਫ ਮੈਡੀਕਲ ਆਫਿਸਰ ਨੇ ਜ਼ਿਲ੍ਹੇ ਦੇ, ਉਹਨਾਂ ਨੂੰ ਫਿਰ ਕੰਮ ਕਰਨਾ ਪਿਆ, ਲੋਕਾਂ ਦੇ ਵਿੱਚ ਜਾਣਾ ਪਿਆ। ਔਰ ਅੱਜ ਇਹ ਹਾਲਾਤ ਹੋਏ ਕਿ ਉਹਨਾਂ ਦਾ, ਉਹਨਾਂ ਦੀ ਤਬੀਅਤ ਖਰਾਬ ਹੋਈ ਤਾਂ ਉਹਨਾਂ ਨੂੰ ਜੋ ਹੈ ਹਸਪਤਾਲ ਭਰਤੀ ਕਰਾਇਆ ਗਿਆ, ਅਤੇ ਜਿੱਥੇ ਉਹਨਾਂ ਨੂੰ ਕਰੋਨਾ ਪਾਜ਼ੀਟਿਵ ਪਾਇਆ ਗਿਆ। ਹਾਲਾਂਕਿ ਚੜ੍ਹਦੀ ਕਲਾ ਵਾਲੇ ਨੇ ਉਹ, ਬੜੀ ਚੰਗੀ ਮੇਰੀ ਗੱਲ ਹੋਈ ਉਹਨਾਂ ਨਾਲ, ਤਾਂ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਕਿਹਾ ਕਿ ਮੈਂ ਲੋਕਾਂ ਦੇ ਵਿੱਚ ਵਿਚਰ ਰਿਹਾ ਸੀਗਾ, ਮੈਂ ਪਰਿਵਾਰ ਤੋਂ ਵੀ ਦੂਰ ਰਹਿੰਦਾ ਸੀ, ਘਰ ਜਾ ਕੇ ਅੱਡ ਕਮਰੇ ਸੌਂਦਾ ਸੀਗਾ। ਇਹ ਚੰਗੀ ਗੱਲ ਹੈ ਕਿ ਹੁਣ ਉਹਨਾਂ ਦੇ ਪਰਿਵਾਰ ਸੁਰੱਖਿਅਤ ਨੇ, ਪਰ ਮੈਂ ਆਪਦੀ ਡਿਊਟੀ ਤੋਂ ਪਿੱਛੇ ਨਹੀਂ ਹਟਿਆ। ਪਰ ਤੁਸੀਂ ਇਹ ਗੱਲ ਇਹ ਸਾਬਿਤ ਕਰਦੀ ਹੈ ਕਿ ਜੇ ਤੁਸੀਂ ਲੋਕਾਂ 'ਚ ਜਾਓਗੇ, ਪਬਲਿਕ ਡਿਊਟੀ ਕਰਦੇ ਹੋ,
तो जाना पैंदा उच्च कोई दोहरा ही नहीं मैं पॉजिटिव नोट भी उससे तो एक उदाहरण दे के तुहानू छड्ड के जाऊँगा दर्शकों। फिर भी वो एडा वड्डा डॉक्टर है CMO चीफ मैडिकल ऑफिसर है वह बंदा उन्हें वैक्सीन भी लवाई हुई है फिर भी कोरोना पॉजिटिव आया क्यों आया क्योंकि लोगों जाता यदा मतलब यह है कि आपू कट्ठे नहीं होना पै आप हले ना कट्ठे होइए जे जरूरत नहीं तो डिस्टेंसिंग रखिए मास्क ला के रखिए। दर्शकों अगे बहुत क्वेश्चन ने बहुत वधिया चीज़ा तुहाडे शेयर करूँगा आपू एक छोटी जी ब्रेक लिए रुकना पै रहा है तुम बन रहे हो जस पंजाबी तो मिलते हैं ब्रेक तो बाद। स्वागत जी तुहाडा सारयां दा फेर प्रोग्राम ओपन प्लेटफॉर्म ट्यूजडे वेंसडे थर्सडे शाम नूं 9 बजे पैसिफिक टाइम मैं तुहाडे रूबरू हुणा कैलिफोर्निया स्टूडियो तो। दर्शकों आपां गल कर रहे सी करोना वायरस की किन्ना घातक है जिहड़ा दूसरी लहर आई है खास करके अपने भारत महान दे विच। दर्शकों पूर्व प्रधानमंत्री माणयोग मनमोहन सिंह जी तो सगे हूँ ही थोड़ी देर की खबर है कि INC यानी कि इंडियन नैशनल कांग्रेस के पूर्व प्रधान राहुल गांधी भी करोना पॉजिटिव पाए गए ने उन्होंने आइसोलेशन दे विच भेज दिता गया है। चलो देखते हैं कि बनता परमात्मा भली करूँगा। दर्शकों अगे वधदे आप जिदा मैं गल की सी कि माणयोग प्रधानमंत्री ने बहुत सोहनिया गल्लां कहीं पर वह उदों क्यों कही जदों पूरे स्टेटां दे इलैक्शन हो चुके सी पूरे स्टेटां दे या थोड़ी जी कसर रह गई सी पिया 60-70 हज़ार बंदे इकट्ठे करके रैलियां कर चुके सी वो वक्त नहीं सीगा जदों आपां मोरली रणनीति तैयार करदे कि जे दूजी लहर आई तां असीं देश नूं किद्दां बचाउणा आ किहड़ी किहड़ी चीज़ां दी सानूं जरूरत है। अज हालात यह है कि पूरी देश के ऑक्सीजन की किल्लत है हालांकि स्पैशल ट्रेन ऑक्सीजन ट्रेन चलाई गई है जोड़े व्डे कारखाने जोड़े प्लांट्स ने उतों स्पैशल ढोई जा रही है महानगर तक पर हालात इन्ने कि जिदा मैं तुम्हें कहा कि दिल्ली के जोड़े सेहत मंत्री ने सतेंद्र जैन जी उन्होंने कहा कि कुछ घंटे पहला कहा कि पूरे दिल्ली के कई हॉस्पिटल इदा के ने कि जिन्हें 4-5 घंटे की ही ऑक्सीजन रह गई है सिर्फ 4-5 घंटे की उस तो बाद होगा परमात्मा भला करे। दूसरा मेरा एक क्वेश्चन सीगा तुहाडे तों तुसीं जरूर फोन करके आपदे विचार सांझे करियो दर्शकों कि यह इन्ना लेट क्यों स्टैंड लिया गया। दूजा कि दर्शकों अपने ने कालर जुड़ गए कालर लैके आपां फिर कंटिन्यू करदे हां। सत श्री अकाल जी तुसीं ऑन पन्नू साहब सत श्री अकाल बहुत बहुत स्वागत जी तुहाडा जस पंजाबी ते। सत श्री अकाल जी। हाँ जी पन्नू साहब मेरे क्वेश्चन ये ने कि मैं पता तुसी आपकी ऑफिस चो इस वेले मेरे क्वेश्चन ये ने कि आ जिहड़ी प्रधानमंत्री वालों प्रिकॉशनस लए गए ने कि यह पहला क्वेश्चन ये है कि इन्होंने इन्ना लेट क्यों किया कि तुसी 500 तो बंदे वध ना कटे हो हुण इस टाइम असी बड़ी बुरी हालात विचों निकल रहे हैं लाकडाउन अपनी लास्ट चॉइस होगी इकानमी नूं बड़ा फर्क पैंदा आ इन्ना लेट क्यों उन्होंने कहा जदों तक कि जिहड़ी पूरी खेड ऑलमोस्ट खिल रही पई है हालात यह है कि कुछ ही घंटिया की ऑक्सीजन कुछ हस्पतालों रह गई है इंडिया दे विच। जी इस वक्त भारत दे विच 2 लाख तो वध दिहाड़ी दे करोना वायरस के मरीजों के केस आ रहे ने जी और खास करके महाराष्ट्र गुजरात मध्य प्रदेश पंजाब दिल्ली वैसट बंगाल इन्हों स्टेटा एक एक बैड से 2-2 मरीज भी है और ऑक्सीजन की कमी है ये सरकार पहला अंदाजा ला लेना चाहिए सगा कि यह करोना का जोड़ा पीरियड है कदों भी अप एंड डाउन जा सकता है। मेरे ख्याल सरकार पहला वैसट बंगाल 5 स्टेटा के इलैक्शन के रुझी रही है उन्होंने इधर ध्यान नहीं दिता हूँ जदों सिचुएशन है हथों बाहर निकलती जा रही है तो हूँ हथा पैर की पई हुई है ये कहते हैं वेले का कम तो कवेले टक्कर वाली गल बनी पी। जी 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 इतने चलो आप दूसरी गल पन्नू साहब मेरे मैनू थोड़े तो यह है कि जी मजदूर जोड़े प्रवासी मजदूर है तो अपने देश के दूजे हिस्सों के झारखंड छत्तीसगढ़ UP बिहार तो वह इस टाइम बस अड्डिया बैठे हैं बेचारे आपका समान लैके बहुत ही बुरी हालात है। मेरी सवेरे गल हुई किसी बंद सवेर के 3 बजे से दिल्ली का जो अंतरराज्य बस स्टैंड है उत्थे पैर रखने तो नहीं सी मजदूर किसी ना किसी आप तरीके आपके घर जाना चाहते। मेरा क्वेश्चन यह है कि जोड़ा मिल मालिक फैक्ट्री मालिक उन्होंने नौकरी दे रहा है कि इन्ने जोगा भी है नहीं कि 2 वक्त का खाना तो सिर पर छत दे सके जिन्हें चर या उन्होंने भी छड़ के जी गौरमेंट्स होंदिया ने
ਜਿਹੜੀ ਸਰਕਾਰਾਂ ਮਾਈ ਬਾਪ ਹੁੰਦੀਆਂ ਨੇ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ, ਖਾਸ ਕਰਕੇ ਆਪਾਂ ਜਿਹੜਾ ਦੁੱਖ ਸੰਤਾਪ ਹੰਡਾ ਚੁੱਕੇ ਸੀ ਆਪਾਂ ਪਿਛਲੇ ਸਾਲ, ਅਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹਨਾਂ ਨੂੰ ਜਾਂ ਤਾਂ ਕੋਲ ਰੱਖ ਕੇ ਟੇਕ ਕੇਅਰ ਕੀਤੀ ਜਾਵੇ ਜਾਂ ਫਿਰ ਉਹਨਾਂ ਨੂੰ ਉਹਨਾਂ ਦੇ ਘਰੇ ਸੁਰੱਖਿਅਤ ਅਤੇ ਪੂਰੀ ਟਰਾਂਸਪੋਰਟੇਸ਼ਨ ਦੇ ਕੇ ਪਹੁੰਚਾਇਆ ਜਾਵੇ। ਬਿਲਕੁਲ ਜੀ, ਤੁਹਾਨੂੰ ਯਾਦ ਹੋਵੇ ਮਨਮੋਹਨ ਸਿੰਘ ਦੀ ਸਰਕਾਰ ਕਹਿੰਦੀ ਸੀਗੀ ਕਿ ਸਾਡੀ ਕੰਟਰੀ ਆ ਦਿਸ ਇਜ਼ ਅ ਕੰਟਰੀ ਆਫ ਯੰਗ ਪੀਪਲ, ਸਾਡੀ ਮੈਨ ਪਾਵਰ ਦੇ ਉੱਤੇ ਬੜਾ ਮਾਣ ਮਹਿਸੂਸ ਕਰਦੀ ਸੀ, ਔਰ ਇਹੀ ਦਸਾਂ ਨੌਵਾਂ ਦੀ ਕਮਾਈ ਵਾਲੇ ਜਿਹੜੇ ਸਾਡੇ ਕਾਮੇ ਨੇ, ਮਜ਼ਦੂਰ ਨੇ, ਚਾਹੇ ਖੇਤੀਬਾੜੀ ਦੇ ਮਜ਼ਦੂਰ ਨੇ, ਕਿਸਾਨ ਨੇ, ਜਿਨ੍ਹਾਂ ਨੇ ਦੇਸ਼ ਦੀ ਇਕੋਨਮੀ 'ਚ ਵੱਡਾ ਹਿੱਸਾ ਪਾਉਣਾ ਹੁੰਦਾ, ਇਹ ਸਾਡਾ ਸਰਮਾਇਆ ਨੇ, ਇਹਨਾਂ ਦੀ ਸੁਰੱਖਿਆ, ਇਹਨਾਂ ਦੀ ਇਸ ਮਹਾਂਮਾਰੀ ਦੇ ਵਿੱਚ ਇਹਨਾਂ ਨੂੰ ਦੋ ਵਕਤ ਦੀ ਰੋਟੀ ਖਵਾਉਣਾ, ਇਹ ਸਰਕਾਰ ਨੂੰ ਉੱਚੇ ਕਦਮ ਚੁੱਕਣੇ ਚਾਹੀਦੇ ਆ। ਹੁਣ ਤਾਂ ਸਰਕਾਰ ਕੋਲ ਇੱਕ ਸਾਲ ਦਾ ਤਜਰਬਾ ਵੀ ਹੈ, ਪਿਛਲੇ ਸਾਲ ਦੇ ਜਿਹੜੇ ਮਾੜੇ ਚੈਪਟਰ ਸੀ ਉਹਨਾਂ ਤੋਂ ਵੀ ਕੁਛ ਸਿੱਖਣ ਦੀ ਲੋੜ ਹੈ, ਔਰ ਸਾਡੇ ਇਸ ਵੱਡੇ ਰਿਸੋਰਸ ਮੈਨ ਪਾਵਰ ਦਾ ਧਿਆਨ ਦੇਣਾ ਚਾਹੀਦਾ। ਵਿਉਂਤਬੰਦੀ ਨਾਲ ਘੱਟ ਤੋਂ ਘੱਟ ਜਿਹੜੇ ਫੈਕਟਰੀਆਂ ਦੇ ਮਾਲਕ ਨੇ, ਜਿਹੜੇ ਇਹਨਾਂ ਦਸਾਂ ਨੌਵਾਂ ਦੀ ਕਮਾਈ ਤੋਂ ਅੱਗੇ ਕਮਾਈ ਕਰਦੇ ਨੇ, ਉਹਨਾਂ ਦਾ ਇਹਨਾਂ ਦਾ ਮਿਨੀਮਮ ਐਮਨਿਟੀਜ਼ ਦਾ, ਰਹਿਣ ਦਾ, ਖਾਣੇ ਪੀਣੇ ਦਾ, ਪ੍ਰੋਪਰ ਟਰਾਂਸਪੋਰਟ ਦਾ ਪ੍ਰਬੰਧ ਕਰਨਾ ਚਾਹੀਦਾ, ਔਰ ਸਰਕਾਰ ਨੂੰ ਵੀ ਇੰਨਾ ਟੈਕਸ ਲੋਕਾਂ ਤੋਂ ਡਾਲਰ ਮਨੀ, ਰੁਪੀਜ਼ ਮਨੀ ਇਕੱਠਾ ਕਰਦੀ ਆ, ਉਹ ਇਹਨਾਂ ਕੰਮਾਂ 'ਤੇ ਵਰਤਣਾ ਚਾਹੀਦਾ, ਔਰ ਤੇ ਦੇਸ਼ ਦੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਉੱਤੇ ਜ਼ਰੂਰ ਪੈਸਾ ਖਰਚ ਕਰਨਾ ਚਾਹੀਦਾ। ਜੀ ਜੀ ਪੰਨੂ ਸਾਹਿਬ, ਚਾਹੀਦਾ ਹੈ ਪਰ ਗੱਲ ਬਣਦੀ ਨਹੀਂ ਅੱਗੇ। ਪੰਨੂ ਸਾਹਿਬ ਹਾਂਜੀ, ਮੇਰਾ ਕੁਐਸਚਨ ਹੈ ਜੀ, ਜੋ ਵੀ ਐਪੀਸੋਡ ਹੋਇਆ ਆਪਾਂ ਕਿਸੇ 'ਤੇ ਕਿੰਤੂ ਪ੍ਰੰਤੂ ਨਹੀਂ ਕਰ ਰਹੇ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ 2015 'ਚ ਬੁਰਜਵਾਰ ਸਿੰਘ ਵਾਲਾ ਅਤੇ ਹੋਰ ਪਿੰਡਾਂ ਦੇ ਵਿੱਚ, ਉਸ ਤੋਂ ਬਾਅਦ ਗੋਲੀ ਚੱਲਦੀ ਬਹਿਬਲ ਕਲਾਂ ਦੇ ਵਿੱਚ, ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨਾਮ ਦੇ ਦੋ ਨੌਜਵਾਨ ਮਾਰੇ ਜਾਂਦੇ ਆ ਗੋਲੀ ਨਾਲ। ਇਨਵੈਸਟੀਗੇਸ਼ਨ 'ਤੇ ਇਨਵੈਸਟੀਗੇਸ਼ਨ ਹੁੰਦਾ ਆ, ਟੀਮਾਂ ਬੈਠਦੀਆਂ ਨੇ, ਜੋ ਐਪੀਸੋਡ ਆਇਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਉਹਨਾਂ ਦੀ ਟੀਮ ਨੇ ਹਾਈ ਕੋਰਟ ਦੇ ਵਿੱਚ ਦੇ ਦਿੱਤਾ ਰਿਪੋਰਟ, ਦੇ ਦਿੱਤੀ, ਉੱਥੋਂ ਰੱਦ ਹੋ ਗਈ, ਸਿੱਟ ਵੀ ਰੱਦ ਹੋ ਗਈ, ਵਟ ਐਵਰ, ਅਸੀਂ ਮਾਣਯੋਗ ਹਾਈ ਕੋਰਟ 'ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ। ਮੇਰਾ ਕੁਐਸਚਨ ਪੰਨੂ ਸਾਹਿਬ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਹੈ, ਜਿੰਨੀ ਨਾਨਕ ਨਾਮ ਲੇਵਾ ਸੰਗਤ ਹੈ, ਚਾਹੇ ਉਹ ਕਿਸੇ ਧਰਮ ਨਾਲ ਬਿਲੋਂਗ ਕਰਦਾ, ਹਰੇਕ ਦੇ ਇੱਕ ਦਿਲ ਦੇ ਵਿੱਚ ਦਰਦ ਹੈ, ਉਹ ਇਨਸਾਫ਼ ਕਦੋਂ ਮਿਲੂਗਾ? ਅਤੇ ਜਿਨ੍ਹਾਂ ਦੇ ਘਰ ਦੋ ਬੱਚੇ, ਦੋ ਯੰਗ ਨੌਜਵਾਨਾਂ ਜਿਨ੍ਹਾਂ ਦੀ ਡੈਥ ਹੋ ਗਈ ਗੋਲੀ ਨਾਲ, ਉਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ਼ ਕਦੋਂ ਮਿਲੂਗਾ? ਇਹ ਇਨਵੈਸਟੀਗੇਸ਼ਨ ਟੀਮਾਂ ਤਾਂ ਬਣਦੀਆਂ ਰਹਿਣੀਆਂ, ਆਉਂਦੀਆਂ ਰਹਿਣੀਆਂ, ਜਾਂਦੀਆਂ ਰਹਿਣੀਆਂ, ਇਹ ਤਾਂ ਟਾਈਮ ਟਪਾਉਣ ਵਾਲੀ ਗੱਲ ਹੋਈ, ਤੁਹਾਨੂੰ ਨਹੀਂ ਲੱਗਦਾ ਜੀ? ਬਿਲਕੁਲ ਜੀ, 5.5 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਾਡੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਇਸ ਏਰੀਏ 'ਚ ਹੋਈ ਆ। ਅਕਾਲੀ ਸਰਕਾਰ ਨੇ ਵੀ 2 ਸਾਲ ਇਸ 'ਤੇ ਨਿਗਾਹ 'ਤੇ, 4.5 ਸਾਲ, 4.25 ਸਾਲ ਕਾਂਗਰਸ ਦੀ ਇਸ ਗੌਰਮੈਂਟ ਨੇ ਵੀ ਨਿਗਾਹ 'ਤੇ, ਕਮਿਸ਼ਨ 'ਤੇ ਕਮਿਸ਼ਨ ਬਣੇ, ਸਿੱਟ 'ਤੇ ਸਿੱਟ ਬਣੀਆਂ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਰੜੀ ਮਿਹਨਤ ਤੋਂ ਬਾਅਦ ਕਾਫੀ ਡਾਕੂਮੈਂਟ, ਕਾਫੀ ਐਵੀਡੈਂਸ ਇਕੱਠੇ ਹੋਏ ਨੇ, ਔਰ ਉਹ ਸਬਮਿਟ ਹੋ ਗਏ ਨੇ, ਕਚਹਿਰੀ 'ਚ ਪਹੁੰਚ ਗਏ ਨੇ। ਹੁਣ ਇਹ ਸਰਕਾਰਾਂ, ਦੋਵਾਂ ਹੀ ਸਰਕਾਰਾਂ, ਚਾਹੇ ਅਕਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਆ, ਇਹਨਾਂ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਸਟਿਸ ਜਿਹੜਾ ਉਹ ਮਿਲਣਾ ਚਾਹੀਦਾ, ਉਹ ਪ੍ਰਵੇਲ ਕਰਨਾ ਚਾਹੀਦਾ। ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਔਰ ਇਸ ਸਿੱਖ ਜਗਤ ਨੂੰ ਜਸਟਿਸ ਨਹੀਂ ਮਿਲ ਰਿਹਾ, ਔਰ ਇਹਦਾ ਖਮਿਆਜ਼ਾ ਵੀ ਇਹਨਾਂ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਭੁਗਤਣਾ ਪਵੇਗਾ। ਪੰਨੂ ਸਾਹਿਬ, ਗੱਲ ਉੱਥੇ ਆ ਜਾਂਦੀ ਹੈ ਨਾ, ਆਪਾਂ ਕਿਸੇ ਰਾਜਨੀਤਿਕ ਪਾਰਟੀ ਦੀ ਜ਼ਿੰਮੇਵਾਰੀ ਦੇ ਦਿੰਦੇ ਹਾਂ ਕਿ ਉਹਨਾਂ ਨੇ ਨਹੀਂ ਇਹ ਕੀਤਾ। ਆਪਾਂ ਕਿਸੇ ਆਇਆ ਦਿਸ ਟਾਈਮ ਆਪਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ 'ਤੇ ਕੋਈ ਸ਼ੱਕ ਨਹੀਂ ਕਰ ਸਕਦੇ, ਵੀ ਆਲ ਸਲਿਊਟ ਹਿਮ। ਗੱਲ ਇਹ ਆ ਜਾਂਦੀ ਹੈ ਕਿ ਕੋਈ ਹੋਰ ਨਵੀਂ ਪਾਰਟੀ ਅਗਲੇ ਸਾਲ 2022 'ਚ ਰੂਲ ਕਰਦੀ ਹੈ ਪੰਜਾਬ ਨੂੰ, ਜਿਹੜੀਆਂ ਦੋ ਪਹਿਲਾਂ ਕਰ ਚੁੱਕੀਆਂ ਹੋਵੇ, ਉਸ ਤੋਂ ਬਾਅਦ ਵੀ ਜੇ ਇਨਵੈਸਟੀਗੇਸ਼ਨ ਟੀਮ ਫਿਰ ਬਿਠਾਉਣੀ ਪੈਂਦੀ ਆ, ਫਿਰ ਮਾਨਯੋਗ ਹਾਈ ਕੋਰਟ ਆਹੀ ਕੁਛ ਕਰਦਾ ਆ, ਗੱਲ ਉੱਥੇ ਦੀ ਉੱਥੇ ਆ ਜਾਂਦੀ ਫਿਰ, ਤੁਹਾਨੂੰ ਨਹੀਂ ਲੱਗਦਾ? ਨਹੀਂ, ਮੇਰੇ ਖਿਆਲ ਨਹੀਂ ਵੀ ਹੁਣ ਟੀਮਾਂ ਬਿਠਾਉਣ ਦੀ ਲੋੜ ਹੈ, ਇੰਨੇ ਕਮਿਸ਼ਨਾਂ ਦੀਆਂ ਰਿਪੋਰਟਾਂ ਹੈਗੀਆਂ ਨੇ, ਐਵੀਡੈਂਸ ਹੋ ਗਏ, ਉਹਨਾਂ ਨੂੰ ਕੋਰਟ ਦੇ ਵਿੱਚ ਚੰਗੇ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਔਰ ਇਸ ਕੇਸ ਨੂੰ ਪ੍ਰੋਪਰ ਤਰੀਕੇ ਨਾਲ ਹੈਂਡਲ ਕੀਤਾ ਜਾਵੇ। ਇਨਵੈਸਟੀਗੇਸ਼ਨਾਂ ਦੇ ਡਾਕੂਮੈਂਟ ਪਏ ਨੇ, ਹੁਣ ਤਾਂ ਜਿੰਨਾ ਡਿਲੇ ਹੋਏਗਾ ਉਨੇ ਜਿਹੜੇ ਇਹਨਾਂ ਕੇਸਾਂ ਦੇ ਵਿੱਚ ਗਵਾਹ ਨੇ, ਉਹਨਾਂ ਗਵਾਹਾਂ ਦਾ ਵੀ, ਕਿਸੇ ਨੂੰ ਧਮਕੀ ਮਿਲ ਰਹੀ ਆ, ਕਿਸੇ ਨੂੰ ਉਮਰ ਦੇ ਤਕਾਜ਼ੇ ਨਾਲ ਹੋ ਰਿਹਾ, ਕੋਈ ਉਹ ਥੱਕ ਹਾਰ ਕੇ ਗਵਾਹ ਪਿੱਛੇ ਹਟ ਜਾਂਦੇ ਨੇ, ਉਹ ਤਾਂ ਕੇਸ ਵੀਕ ਹੁੰਦਾ ਜਾ ਰਿਹਾ। ਇਹ ਜਿਹੜਾ ਡਿਲੇ ਆ, ਡਿਲੇ ਦੇ ਨਾਲ ਸਾਰਾ ਕੰਮ ਖਰਾਬ ਹੋ ਰਿਹਾ, ਔਰ ਇਸ ਦਾ ਛੇਤੀ ਛੇਤੀ
ਇਸ ਟਾਈਮ ਤਾਂ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਪਾਵਰ ਦੇ ਵਿੱਚ ਹੈ ਵੀ ਉਹ ਇਸ ਨੂੰ ਜਿਸ ਦਾ ਨਿਬੇੜਾ ਕਰੇ ਔਰ ਜਸਟਿਸ ਪ੍ਰਵੇਲ ਕਰੇ ਔਰ ਜਸਟਿਸ ਦੇ ਵਿੱਚ ਦਵਾਉਣ ਦੇ ਵਿੱਚ ਆਪਣੀ ਤਤਪਰਤਾ ਵਿਖਾਵੇ। ਤਤਪਰਤਾ। ਲਾਸਟ ਕੁਐਸਚਨ ਪੰਨੂ ਸਾਹਿਬ, ਹਾਲਾਂਕਿ ਅਫੀਸ਼ੀਅਲ ਤੌਰ 'ਤੇ ਕਿਸੇ ਨੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਹੈ, ਇੱਕ ਵਰਡ ਚੱਲਿਆ ਸੀ ਆਪਰੇਸ਼ਨ ਕਲੀਨ, ਮੈਂ ਕਿਸਾਨ ਅੰਦੋਲਨ ਦੀ ਗੱਲ ਕਰ ਰਿਹਾ, ਆਪਰੇਸ਼ਨ ਕਲੀਨ, ਹਰਿਆਣਾ ਗੌਰਮੈਂਟ ਜਾਂ ਸੈਂਟਰਲ ਗੌਰਮੈਂਟ ਨੇ ਅਧਿਕਾਰਿਕ ਤੌਰ 'ਤੇ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਇਹ ਕਹਿ ਰਹੇ ਸੀ ਕਿ ਕਰੋਨਾ ਮਹਾਂਮਾਰੀ ਦਾ ਜੋ ਹੈ ਬਹਾਨਾ ਲੈ ਕੇ ਜਿਹੜੇ ਕਿਸਾਨ ਦਿੱਲੀ ਦੀ ਬਰੂਹਾਂ 'ਤੇ ਬੈਠੇ ਹੈ ਉਹਨਾਂ ਨੂੰ ਉੱਤੇ ਥੋੜ੍ਹੀ ਸਖਤੀ ਵਰਤ ਕੇ ਪੁਲਿਸ ਜਾਂ CRPF ਜਾਂ ਪੈਰਾਮਿਲਟਰੀ ਫੋਰਸਿਸ ਲਾ ਕੇ ਉਹਨਾਂ ਨੂੰ ਉਠਾ ਦਿੱਤਾ ਜਾਏਗਾ। ਮੈਨੂੰ ਨਹੀਂ ਲੱਗਦਾ, ਮੇਰਾ ਪ੍ਰਸ਼ਨ ਵਿੱਚ ਹੈ ਕਿ ਸਰਕਾਰਾਂ ਐਡਾ ਵੱਡਾ ਰਿਸਕ ਲੈਣਗੀਆਂ ਐਟ ਦਿਸ ਟਾਈਮ, ਪਰ ਜੇ ਉਹ ਕਰਦੀਆਂ ਤਾਂ ਤੁਹਾਡੇ ਵਿਚਾਰ ਦੇ ਵਿੱਚ ਇਹਦਾ ਬਹੁਤ ਮਾੜਾ ਅਸਰ ਨਹੀਂ ਪਏਗਾ, ਇਹ ਉੱਠ ਕੇ ਜਿਹੜੇ ਉਲਟਾ ਅਸਰ ਨਹੀਂ ਪਏਗਾ, ਇਹ ਚੀਜ਼ ਨੂੰ ਜ਼ਿਆਦਾ ਤੋਲ ਮਿਲੂਗੀ, ਤੁਹਾਨੂੰ ਕੀ ਲੱਗਦਾ ਜੀ? ਮੇਰੇ ਖਿਆਲ 'ਚ ਸਰਕਾਰ ਕੋਈ ਐਕਸ਼ਨ ਨਹੀਂ ਲਊਗੀ ਕਿਉਂਕਿ ਬੰਦੇ ਹੀ ਉੱਥੇ ਸੁੱਖ ਸ਼ਾਂਤੀ ਨਾਲ ਬੈਠੇ ਆ, ਉਹ ਵੀ ਉੱਥੇ ਪਿੰਡ 'ਚ ਬੈਠੇ ਆ ਜੀ, ਇੱਥੋਂ ਉੱਠ ਕੇ ਹੋਰ ਥਾਂ ਜਾ ਕੇ ਬਹਿ ਜਾਂਦੇ ਆ ਉਹਨਾਂ ਵਾਸਤੇ ਤਾਂ ਉਹੀ ਗੱਲ ਹੈ, ਔਰ ਉਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ, ਉੱਥੇ ਵੀ ਪਿੰਡ 'ਚ ਬੈਠੇ ਆ ਇੱਧਰ ਵੀ ਆ ਕੇ ਪਿੰਡ 'ਚ ਬੈਠਣਗੇ, ਇਹਦੇ ਨਾਲ ਕੀ ਫਰਕ ਪੈਂਦਾ? ਜੇ ਸਰਕਾਰ ਚਾਹੁੰਦੀ ਵੀ ਕਰੋਨਾ ਦੇ ਬਹਾਨੇ ਤੇ ਫਾਰਮਰਸ ਦਾ ਐਜੀਟੇਸ਼ਨ ਖਤਮ ਕਰ ਦੇ, ਮੇਰੇ ਖਿਆਲ ਏਦਾਂ ਨਹੀਂ ਹੋਣਾ। ਪੰਜਾਬ 'ਚੋਂ ਹਰਿਆਣੇ 'ਚੋਂ ਖਬਰਾਂ ਆ ਰਹੀਆਂ ਕਿ ਇਸ ਓਪਰੇਸ਼ਨ ਕਲੀਨ ਦੇ ਸਾਹਮਣੇ ਓਪਰੇਸ਼ਨ ਸ਼ਕਤੀ ਜਿਹੜਾ ਹੈ ਉਹ ਕਿਸਾਨਾਂ ਨੇ ਵਿੱਢ ਦਿੱਤਾ ਹੈ, ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਫਿਰ ਉੱਧਰ ਸਿੰਘੂ ਬਾਰਡਰ ਵੱਲ ਨੂੰ, ਦਿੱਲੀ ਵੱਲ ਨੂੰ ਕੂਚ ਕਰਦੇ ਨਜ਼ਰ ਆਉਂਦੇ ਆ, ਇਹ ਖਬਰਾਂ ਪੰਜਾਬ ਤੇ ਹਰਿਆਣਾ ਵਿੱਚੋਂ ਆ ਰਹੀਆਂ। ਬਨੂ ਸਾਹਿਬ, ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਿਹਰਬਾਨੀ ਜੀ, ਜਸ ਪੰਜਾਬੀ ਦੇ ਦਰਸ਼ਕਾਂ ਦਾ ਵੀ ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਦਰਸ਼ਕੋ, ਇਹ ਸਨ ਡਾਕਟਰ ਚਰਨਜੀਤ ਸਿੰਘ ਜੀ ਪੰਨੂ, ਸਾਡੇ ਨਾਲ ਜੁੜਦੇ ਰਹਿੰਦੇ ਆ, ਆਪਦੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਾਂ, ਗੱਲਾਂ ਹੋਰ ਵੀ ਕਈ ਨੇ ਆਪਾਂ ਕਰਾਂਗੇ ਲਾਸਟ ਐਪੀਸੋਡ 'ਚ, ਹੁਣ ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ, ਮੈਂ ਤੁਹਾਡਾ ਗੁਰਲਾਲ ਹਾਜ਼ਰ ਹੁੰਦਾ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ, ਆਪਣੇ ਨਾਲ ਕਾਲਰ ਜੁੜ ਗਏ ਨੇ ਮਾਣਯੋਗ ਬਾਜਵਾ ਸਾਹਿਬ, ਉਹਨਾਂ ਦਾ ਵਿਚਾਰ ਲੈ ਕੇ ਆਪਾਂ ਕੰਟੀਨਿਊ ਕਰਾਂਗੇ ਜੀ। ਬਾਜਵਾ ਸਾਹਿਬ, ਤੁਸੀਂ ਓਨ ਏਅਰ ਹੋ, ਬਹੁਤ ਬਹੁਤ ਸਵਾਗਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ। ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਅਫਸੋਸ, ਤੁਹਾਡੇ ਪੁਰਾਣੇ ਸਾਥੀ, ਤੁਹਾਡੇ ਪਰਮ ਮਿੱਤਰ ਅਮੋਲਕ ਸਿੰਘ ਜੰਮੂ ਜੀ ਅੱਜ ਅਕਾਲ ਚਲਾਣਾ ਕਰ ਗਏ ਨੇ, ਬਹੁਤ ਬਹੁਤ ਅਫਸੋਸ ਅਦਾਰਾ ਜਸ ਪੰਜਾਬੀ ਵੱਲੋਂ ਅਤੇ ਸਾਡੇ ਸਾਰਿਆਂ ਵੱਲੋਂ ਜੀ। ਹਾਂਜੀ, ਸਾਡੇ ਉਹ ਸ਼ਿਕਾਗੋ ਦੇ ਵਿੱਚ ਉਹਨਾਂ ਨੇ ਅੱਜ ਤੋਂ ਕੋਈ 25 ਤੋਂ 28 ਸਾਲ ਪਹਿਲਾਂ ਇਹ ਨਿਊਜ਼ ਪੇਪਰ ਖੋਲ੍ਹਿਆ ਸੀ, ਬੜੇ ਅੱਛੇ ਇਨਸਾਨ ਸੀ ਆਪਣੀ, ਉਹਨਾਂ ਨਾਲ ਉਹ ਪਹਿਲੇ ਦਿਨ ਤੋਂ ਹੀ ਦੋਸਤੀ ਰਹੀ, ਪਰ ਉਹ ਬੜੀ ਲੰਮੇ ਟਾਈਮ ਤੋਂ ਥੋੜ੍ਹੀ ਜਿਹੀ ਕੋਈ ਹੈਲਥ ਪ੍ਰੋਬਲਮ ਨਾਲ ਜੂਝ ਰਹੇ ਸੀ, ਪਰ ਉਹਨਾਂ ਦਾ ਨਿਸ਼ਚਾ, ਦ੍ਰਿੜ ਇਰਾਦਾ, ਉਹ ਬਹੁਤ ਦੇਰ ਤੱਕ ਉਹਨਾਂ ਨੇ ਇਹ ਮੌਤ ਨੂੰ ਆਪਣੇ ਤੋਂ ਬਹੁਤ ਦੂਰ ਰੱਖਿਆ ਔਰ ਬਹੁਤ ਕੰਮ ਕੀਤਾ। ਔਰ ਅਖਬਾਰ ਪਹਿਲਾਂ ਇੱਥੋਂ ਚੱਲੀ, ਛੋਟਾ ਜਿਹਾ ਪੇਪਰ ਸੀ, ਵੱਡਾ ਹੋਇਆ, ਹੁਣ ਤਾਂ ਤੁਹਾਡੇ ਉਹ ਕੈਲੀਫੋਰਨੀਆ 'ਚ ਵੀ ਇੱਕ ਪ੍ਰਿੰਟ ਐਡੀਸ਼ਨ ਨਿਕਲਦਾ। ਬਹੁਤ ਚੰਗੇ ਇਨਸਾਨ ਸੀਗੇ, ਬਹੁਤ ਚੰਗੇ, ਸੋ ਬੜੇ ਬਹੁਤ ਦੁੱਖ ਦੀ ਗੱਲ ਹੈ ਜੀ, ਦੁੱਖ ਦੀ ਗੱਲ। ਅਰਦਾਸ ਕਰਦੇ ਹਾਂ ਜੀ, ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਚ ਵਾਸਾ ਦੇਵੇ ਜੀ, ਸਾਡਾ ਅਫਸੋਸ ਦਾ ਪ੍ਰਗਟਾਵਾ ਤੁਹਾਡੇ ਤੱਕ ਵੀ ਅਤੇ ਉਹਨਾਂ ਦੇ ਪਰਿਵਾਰ ਤੱਕ ਵੀ। ਮਿਹਰਬਾਨੀ ਜੀ, ਮਿਹਰਬਾਨੀ। ਬਾਜਵਾ ਸਾਹਿਬ, ਅਮੋਲਕ ਸਿੰਘ ਜੀ ਜਾਣ ਪਿੱਛੋਂ ਹੋਰ ਗੱਲਾਂ ਕਰਨ ਨੂੰ ਜੀ ਤਾਂ ਨਹੀਂ ਕਰਦਾ, ਪਰ ਕਈ ਚੀਜ਼ਾਂ ਜਿਹੜੀਆਂ ਮੇਨ ਖਬਰਾਂ ਬਹੁਤ ਹੀ ਜ਼ਿਆਦਾ ਧਿਆਨ ਮੰਗਦੀਆਂ ਨੇ ਬਾਜਵਾ ਸਾਹਿਬ। ਮਾਣਯੋਗ ਪ੍ਰਧਾਨ ਮੰਤਰੀ ਆਪਣੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ, ਪਰ ਕਈਆਂ ਉਦੋਂ ਜਦੋਂ ਵੇਲਾ ਨਿਕਲ ਗਿਆ ਸੀ, ਜਦੋਂ ਵੇਲਾ ਸੀ ਉਦੋਂ ਉਹ 50-60 ਹਜ਼ਾਰ ਦੀਆਂ ਰੈਲੀਆਂ ਕਰਦੇ ਸੀ ਬੰਦੇ ਇਕੱਠੇ ਕਰਕੇ, ਮੇਰੇ ਕਹਿਣ ਦੇ ਨਾਲ 50-60 ਹਜ਼ਾਰ 70 ਹਜ਼ਾਰ ਬੰਦੇ ਇਕੱਠੇ ਕਰ ਲੈਣੇ ਅਤੇ ਉਸ ਤੋਂ ਬਾਅਦ ਰੈਲੀ ਕਰਨੀ। ਹੁਣ ਇਸ ਟਾਈਮ ਹਾਲਾਤ ਇੰਨੇ ਆ ਕਿ ਆਕਸੀਜਨ ਦੀ ਕਮੀ ਹੈ, ਵੈਕਸੀਨ ਦੀ ਕਮੀ ਹੈ, ਹੋਸਪਿਟਲਾਂ ਦੇ ਵਿੱਚ ਬੈੱਡਸ ਦੀ ਕਮੀ ਹੈ ਬਾਜਵਾ ਸਾਹਿਬ, ਅਤੇ ਹੁਣ ਆ ਕੇ ਸਟੇਟਮੈਂਟਾਂ ਦੇਣੀਆਂ ਕਿ ਕੰਪਲੀਟ ਲਾਕਡਾਊਨ ਤਾਂ ਸਾਡੀ ਲਾਸਟ ਚੋਇਸ ਹੋਊਗਾ, ਇਕਾਨਮੀ ਨੂੰ ਧੱਕਾ ਮਿਲਦਾ ਆ, ਤੁਹਾਡੀ ਸੰਵੇਦਨਾ, ਮੇਰੀ ਸੰਵੇਦਨਾ ਤੁਹਾਡੇ ਨਾਲ ਆ, ਤੁਸੀਂ ਜੋ ਸਹਿ ਰਹੇ ਹੋ ਅਤੇ ਗਾਂ ਸਹਿਣਾ ਪਊਗਾ, ਅਤੇ ਹੁਣ ਤੁਸੀਂ ਆਪਦਾ ਇਹਤਿਆਤ ਵਰਤੋ ਅਤੇ ਮੁਹੱਲੇ ਦੀਆਂ ਕਮੇਟੀਆਂ ਬਣਾਓ, 6-6-7 ਜਣੇ ਜਿਹੜੀ ਆ ਇੱਕ ਦੂਜੇ ਨੂੰ ਕੋਆਰਡੀਨੇਟ ਕਰਨ, ਕੀ ਕਹਿਣਾ ਪਊਗਾ ਕਿ ਇਹ ਕਵੇਲੇ ਦੀ ਨਮਾਜ਼ ਨਹੀਂ ਜੀ? ਹਾਂਜੀ, ਇਹ ਠੀਕ ਹੈ, ਕਿਉਂਕਿ ਪਹਿਲਾਂ ਤਾਂ
इलेक्शन रैलियां होंदियां रहियां, कोई परवाह नहीं कीती। सो इंडिया विच थोड़ी जी एक बड़ी ये कोई इहो जी हुण मुल्क ही बन गया कि हर एक चीज नूं वोट नाल जोड़ के देखा जांदा जी। भाई जदों जिहड़ा पासा फिट होवे वोट दा, ओह पहलियां जदों अर्ली चोणां दे उत्थे गेट सीगे वैस्ट बंगाल च, और देखा जाए तो वेखो एक सेंटर गवर्नमेंट है और जिहड़ा साडा फैडरल सिस्टम है, साडियां डिफरेंट स्टेट्स है, इहदे च की फर्क पैंदा भाई? सेंटर च केहड़ी बीजेपी है, और अगर ਉੱਥੇ ਵੈਸਟ ਬੰਗਾਲ 'ਚ ਜਾਂ ਪੰਜਾਬ 'ਚ ਜਾਂ ਹਰਿਆਣੇ 'ਚ ਅਗਰ ਦੂਜੀ ਪਾਰਟੀ ਵੀ ਬਣ ਜਾਊਗੀ ਤਾਂ ਐਡੀ ਕਿਹੜੀ ਵੱਡੀ ਗੱਲ ਹੈ? ਸੋ ਸੈਂਟਰ ਨੂੰ ਇੰਨੇ ਲੋਅਰ ਲੈਵਲ ਤੱਕ ਇਨਵਾਲਵ ਨਹੀਂ ਹੋਣਾ ਚਾਹੀਦਾ, ਉਹਦੇ ਨਾਲ ਫਿਰ ਜਿਹੜੇ ਲੋਕ ਹੈ ਉਹ ਔਖੇ ਹੁੰਦੇ ਹੈ। ਸੋ ਪਹਿਲਾਂ ਉੱਥੇ ਰੈਲੀਆਂ ਕਰਦੇ ਰਹੇ, ਹੁਣ ਜਦੋਂ ਉੱਥੋਂ ਕੰਮ ਮੁੱਕ ਗਿਆ, ਇਲੈਕਸ਼ਨ ਦਾ ਕੰਮ ਨੇੜੇ ਹੋ ਗਿਆ ਬਈ ਖਤਮ ਹੋ ਚੱਲੀਆਂ, ਅਤੇ ਇੱਧਰ ਆ ਕੇ ਇਵੇਂ ਕਰਨ ਲੱਗ ਗਏ। ਔਰ ਦੂਜੀ ਜਦੋਂ ਤੁਸੀਂ ਪਹਿਲਾਂ ਡਿਸਕਸ ਕਰ ਰਹੇ ਸੀ ਬਈ ਜਿਹੜੇ ਹੁਣ ਲੋਕ ਜਿਹੜੇ ਗਰੀਬ ਹੈ ਵਿਚਾਰੇ ਫਿਰ ਕਠੜੀਆਂ ਚੁੱਕ ਕੇ ਜਾ ਰਹੇ, ਦੇਖੋ ਮੇਰੇ ਹਿਸਾਬ ਚ ਇੱਕ ਇਨਸਾਨੀਅਤ ਦਾ ਟੈਸਟ ਹੁੰਦਾ, ਚਾਹੇ ਉਹ ਇੰਡੀਆ ਚਾਹੇ ਉਹ ਅਮੈਰੀਕਾ ਚਾਹੇ ਕੋਈ ਹੋਰ ਕੰਟਰੀ ਹੈ, ਜਦੋਂ ਕੋਈ ਕੁਦਰਤ ਦੀ ਮਾਰ ਪੈਂਦੀ ਹੈ, ਫਲੱਡ ਆ ਜਾਵੇ, ਅੱਗ ਲੱਗ ਜਾਵੇ, ਕਿਤੇ ਕੋਈ ਮਹਾਂਮਾਰੀ ਆ ਜਾਵੇ, ਦੇਖੋ ਆਪਣੀ ਲਾਈਫ ਚ ਇਹ ਪਹਿਲੀ ਵਾਰੀ ਆਈ ਹੈ, ਮੈਂ ਵੀ ਬਹੁਤ ਟਾਈਮ ਵੇਖਿਆ 70 ਸਾਲ ਤੋਂ ਉੱਤੇ ਹੈ, ਔਰ ਇੱਥੇ ਇਨਸਾਨੀਅਤ ਟੈਸਟ ਹੁੰਦੀ ਹੈ। ਹੁਣ ਸਾਰਾ ਬਲੇਮ ਜਿਹੜਾ ਆਪਾਂ ਗਵਰਨਮੈਂਟ ਤੇ ਵੀ ਨਹੀਂ ਦੇ ਸਕਦੇ, ਜਿਹੜੇ ਸਾਡੇ ਲੋਕ ਹੈ ਜਿਵੇਂ ਮੇਰੇ ਵਰਕਰ ਹੈ, ਮੇਰੀ ਫੈਕਟਰੀ ਹੈ, ਉਹਨਾਂ ਨੇ ਮੈਨੂੰ ਇੰਨੇ ਪੈਸੇ ਬਣਾ ਕੇ ਦਿੱਤੇ, ਉਹ ਲੋਕ ਉਹ ਕੀ ਮੈਂ ਉਹਨਾਂ ਨੂੰ 4 ਦਿਨ ਇਹ ਕਹਿ ਸਕਦਾ ਕਿ ਮੇਰੀ ਫੈਕਟਰੀ ਬੰਦ ਹੈ, ਇੱਥੇ ਆਪਣੇ ਬਿਸਤਰੇ ਖੋਲ ਲਓ, ਆਰਾਮ ਨਾਲ ਇੱਥੇ ਸੌਂ ਜਾਓ, ਕਿਤੇ ਜਾਣ ਦੀ ਲੋੜ ਨਹੀਂ, ਦਾਲ ਫੁਲਕਾ ਛਕੋ ਬਸ, ਠੀਕ ਹੈ। ਹਾਂ, ਸੋ ਇਹ ਇੱਕ ਇਨਸਾਨੀਅਤ ਦਾ ਟੈਸਟ ਹੈ। ਔਰ ਦੇਖੋ ਇੰਡੀਆ ਵੈਸੇ ਇੱਕ ਬਹੁਤ ਵੱਡਾ ਰੌਲਾ ਪਾਉਣ ਵਾਲਾ ਕੰਟਰੀ ਹੈ, ਇਨਸਾਨੀਅਤ ਲੈਵਲ ਤੋਂ ਬਹੁਤ ਥੱਲੇ ਹੈ। ਔਰ ਦੂਜੀ ਅੱਜ ਇੱਕ ਹੋਰ ਇਗਜ਼ਾਮਪਲ ਜਿਵੇਂ ਤੁਸੀਂ ਦੱਸ ਰਹੇ ਜੇ, ਉਹ ਜਿਹੜੀ ਹੋਈ ਸੀ ਬੇਅਦਬੀ, 6 ਸਾਲ ਹੋ ਗਏ, ਮੈਨੂੰ ਉੱਥੇ ਸਭ ਤੋਂ ਜ਼ਿਆਦਾ ਦੁੱਖ ਹੈ ਕਿ ਉੱਥੇ 2-3 ਇਨਸਾਨ ਮਰੇ ਹੈ, ਕਿਸੇ ਦਾ ਮਾਂ, ਕਿਸੇ ਦਾ ਕਿਸੇ ਮਾਂ ਦਾ ਪੁੱਤ ਮਰਿਆ, ਕਿਸੇ ਬੱਚਿਆਂ ਦਾ ਬਾਪ ਮਰਿਆ। ਔਰ ਦੇਖੋ ਅੱਜ ਆਪਣੇ ਜਾਰਜ ਫਲਾਇਡ ਦਾ ਹੋਇਆ, ਇਹ 1 ਸਾਲ ਦਾ ਇੰਸੀਡੈਂਟ ਸੀ, ਔਰ ਇੱਥੇ ਵੀ ਇੱਕ ਪੁਲਿਸ ਆਫਿਸਰ ਆਫਟਰ ਆਲ ਉਹਨਾਂ ਮੌਕੇ ਦੇ ਲਾ ਐਂਡ ਆਰਡਰ ਨੂੰ ਸੰਭਾਲਦੇ ਹੈ, ਉਹ ਵੀ ਆਪਣੀ ਡਿਊਟੀ ਕਰਦੇ, ਪਰ ਉੱਥੇ ਕੋਈ ਉਹਨਾਂ ਕੋਲੋਂ ਇਹੋ ਜਿਹੀ ਕੁਤਾਹੀ ਹੋ ਗਈ ਜਾਂ ਕੁਛ ਹੋ ਗਿਆ ਅਤੇ ਇੱਕ ਬੰਦੇ ਦੀ ਡੈਥ ਹੋ ਗਈ 1 ਸਾਲ ਦੇ ਵਿੱਚ ਵਿੱਚ, ਅੱਜ ਉਹਦਾ ਫੈਸਲਾ ਹੋ ਗਿਆ। ਔਰ ਦੇਖੋ ਜਿਹੜੀ ਵੱਡੀ ਗੱਲ ਹੈ, ਉਹ ਪ੍ਰੈਜੀਡੈਂਟ ਅਤੇ ਵਾਈਸ ਪ੍ਰੈਜੀਡੈਂਟ ਪੋਡੀਅਮ 'ਤੇ ਆ ਕੇ ਉਹਨਾਂ ਨੇ ਕਿਹਾ ਵੀ ਦੇਖੋ ਸਾਡੇ ਕੰਟਰੀ 'ਚ ਇਹੋ ਜਿਹੇ ਇਸ਼ੂ ਹੋ ਜਾਂਦੇ ਆ, ਸਾਡੀ ਜਿਹੜੀ ਲਾ ਇਨਫੋਰਸਮੈਂਟ ਹੈ ਉਹਨੂੰ ਵੀ ਤੁਸੀਂ ਸਾਥ ਦਿਓ, ਆਪਣੇ ਬਣਾ ਕੇ ਰੱਖੋ, ਔਰ ਮੋਰ ਓਵਰ ਸਾਨੂੰ ਇਹ ਬੜਾ ਫਖਰ ਹੈ ਕਿ ਸਾਡੀ ਲਾ ਇਨਫੋਰਸਮੈਂਟ ਨੇ 1 ਸਾਲ ਦੇ ਵਿੱਚ ਸਿਟੀਜ਼ਨ ਨੂੰ ਬਿਲਕੁਲ ਜਿਹੜਾ ਹੈ ਉਹ ਇੱਕ ਇਨਸਾਫ ਦੇ ਦਿੱਤਾ। ਸਾਡੇ ਤਾਂ 6-6 ਸਾਲ ਹੋ ਜਾਂਦੇ ਆ ਮਰਿਆਂ ਨੂੰ। ਦੇਖੋ ਅਗਰ ਅਕਾਲੀ ਨਹੀਂ ਲੱਭ ਸਕੇ, ਅਗਰ ਕਾਂਗਰਸ ਨਹੀਂ ਲੱਭ ਸਕੀ, ਔਰ ਗਾਂ ਵਾਲੇ ਕਿਵੇਂ ਲੱਭ ਲੈਣਗੇ? ਸੋ ਮੇਰੇ ਹਿਸਾਬ ਦਾ ਇੱਕ ਇਹ ਸ਼ਰਮਨਾਕ ਇੱਕ ਇਹ ਕੰਮ ਹੈ, ਔਰ ਇਹਨਾਂ ਦੋਨਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ। ਬਾਦਲ ਸਾਹਿਬ ਨੂੰ ਵੀ ਪਤਾ ਹੈ, ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਨੇ ਕੋਈ ਖੁਦ ਕਰਾਇਆ ਜਾਂ ਕਿਵੇਂ ਕੀਤਾ, ਪਰ ਇੱਕ ਗਵਰਨਮੈਂਟ ਨਕਾਰ ਹੋ ਜਾਵੇ, ਹੋਰ ਕੋਈ ਡਰੱਗ ਡੀਲਰ ਹੈ, ਕੋਈ ਦੂਜਾ ਆਉਂਦਾ, ਇੱਕ ਮਿੰਟ 'ਚ ਫੜ ਲੈਂਦੇ ਆ, ਇਹੋ ਜਿਹੀ ਚੀਜ਼ਾਂ ਅਸੀਂ ਕਿਉਂ ਨਹੀਂ ਫੜ ਸਕਦੇ? ਸੋ ਇਹਦੇ ਨਾਲ ਜਿਹੜੀ ਸਾਡੀ ਡੈਮੋਕ੍ਰੇਸੀ ਦਾ ਇੰਡੈਕਸ ਹੈ ਉਹ ਡਾਊਨ ਹੁੰਦਾ ਹੈ, ਲੋਕਾਂ ਦੇ ਵਿੱਚ ਉਹ ਜਿਹੜੀ ਹੈ ਜੋਰਜ ਫਲੋਇਡ ਦਾ ਡੈਥ ਹੋਈ ਸੀ ਇੱਕ ਪੁਲਿਸ ਵਾਲੇ ਵੱਲੋਂ, ਉਹਦੇ ਧੋਣ 'ਤੇ ਗੋਡਾ ਰੱਖ ਕੇ ਜਿਹੜਾ ਪਿਛਲੇ ਸਾਲ ਭਾਣਾ ਵਰਤਿਆ ਸੀ, ਉਦੋਂ ਬਾਅਦ ਕਾਫੀ ਝੜਪਾਂ ਹੋਈਆਂ ਸੀਗੀਆਂ, ਉਹਦਾ ਅੱਜ ਫੈਸਲਾ ਆਇਆ ਅਤੇ ਉਹਦਾ ਹਵਾਲਾ ਦੇ ਰਹੇ ਨੇ ਬਾਜਵਾ ਸਾਹਿਬ, ਉਹਦਾ ਫੈਸਲਾ ਆਇਆ ਅਤੇ ਉਸ ਪੁਲਿਸ ਆਫਿਸਰ ਨੂੰ 2nd-degree ਮਰਡਰ ਦੇ ਵਿੱਚ ਚਾਰਜ ਕੀਤਾ ਗਿਆ, ਅਤੇ ਉਹਦੇ ਨਾਲ ਦੇ ਦੋਵਾਂ ਨੂੰ ਵੀ ਥੋੜ੍ਹੀ ਬਹੁਤ ਸਜ਼ਾ ਹੋਈ ਹੈ, ਪੂਰੇ ਉਹਦਾ ਮੈਨੂੰ ਵਿਸ਼ਲੇਸ਼ ਨਹੀਂ ਪਤਾ, ਪਰ ਇਹਨੂੰ 2nd-degree 'ਚ ਜਿਹੜਾ ਕਰਕੇ ਯਾਨੀ ਕਿ ਪਰਿਵਾਰ ਨੂੰ ਨਿਆਂ ਮਿਲ ਗਿਆ, ਮੈਂ ਕਹਿਣ ਵਾਲੇ 1 ਸਾਲ ਦੇ ਵਿੱਚ ਵਿੱਚ ਸਾਰੀ ਜਾਂਚ ਹੋ ਕੇ ਅੱਜ ਉਹ ਜਿਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਹ ਮਿਲ ਗਈ ਹੈ। ਅਤੇ ਉੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਦੋ ਨੌਜਵਾਨ ਪੁਲਿਸ ਦੀ ਗੋਲੀ ਨਾਲ ਮਰ ਜਾਂਦੇ ਹੈ ਬਹਿਬਲ ਕਲਾਂ ਪਿੰਡ ਦੇ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ, ਔਰ ਜਿੱਥੋਂ ਤੱਕ ਬਾਜਵਾ ਸਾਹਿਬ ਮੈਨੂੰ ਪਤਾ ਲੱਗਿਆ ਕਿ ਉਹ ਰੋਸ ਮੁਜ਼ਾਹਰਾ ਦੇ ਵਿੱਚ ਨਹੀਂ ਸੀ, ਉਹ ਚਾਹ ਪਾਣੀ ਲੈ ਕੇ ਆਏ ਸੀ, ਆਏ ਵੀ ਥੋੜ੍ਹਾ ਚਿਰ ਪਹਿਲਾਂ ਹੀ ਸੀਗੇ ਆਪਦੇ ਪਿੰਡੋਂ। ਸੋ ਕੀ ਕਹਿ ਸਕਦੇ ਹਾਂ? ਅਗਲਾ ਕੁਐਸਚਨ ਬਾਜਵਾ ਸਾਹਿਬ ਮੇਰਾ ਇਹ ਹੈ ਕਿ
ਇੱਕ ਵਰਡ ਚੱਲਿਆ ਸੀ ਜੀ ਆਪਰੇਸ਼ਨ ਕਲੀਨ, ਹਾਲਾਂਕਿ ਹਰਿਆਣਾ ਗੌਰਮੈਂਟ ਅਤੇ ਸੈਂਟਰਲ ਗੌਰਮੈਂਟ ਕਿਸੇ ਵੱਲੋਂ ਕੋਈ ਅਧਿਕਾਰਿਕ ਪੁਸ਼ਟੀ ਇਸ ਚੀਜ਼ ਦੀ ਨਹੀਂ ਕੀਤੀ ਗਈ ਹੈ ਕਿ ਕਰੋਨਾ ਵਾਇਰਸ ਦੀ ਆੜ ਥੱਲੇ ਲੋਕਡਾਊਨ ਕਰਕੇ ਕਿਸਾਨਾਂ ਦੇ ਉੱਤੇ ਸਖਤੀ ਵਰਤ ਕੇ ਪੈਰਾਮਿਲਟਰੀ ਫੋਰਸਿਸ ਲਾ ਕੇ CRPF ਜਾਂ ਰੈਗੂਲਰ ਪੁਲਿਸ ਲਾ ਕੇ ਤਾਂ ਉਹਨਾਂ ਨੂੰ ਉੱਥੋਂ ਉਠਾ ਦਿੱਤਾ ਜਾਏਗਾ। ਇਹ ਹੁੰਦਾ ਜਾਂ ਨਹੀਂ ਹੁੰਦਾ, ਇਹ ਹੁੰਦਾ ਜਾਂ ਨਹੀਂ ਹੁੰਦਾ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਮੇਰਾ ਕੁਐਸਚਨ ਇਹ ਹੈ ਜੇ ਇੱਦਾਂ ਕੋਈ ਗੌਰਮੈਂਟ ਕਰੂਗੀ, ਤੁਹਾਨੂੰ ਨਹੀਂ ਲੱਗਦਾ ਇਸ ਚੀਜ਼ ਨਾਲ ਅਨਅਨਾਊਂਸਡ ਐਮਰਜੈਂਸੀ ਹਾਲਾਤ ਹੋਰ ਵਿਗੜਨਗੇ? ਦੇਖੋ ਜੀ, ਮੈਨੂੰ ਇੱਥੇ ਥੋੜ੍ਹਾ ਜਿਹਾ ਹੋਰ ਵੀ ਆ ਗਿਆ, ਉਹ 5 ਮਹੀਨੇ ਦੇ ਲੋਕ ਉੱਥੇ ਬੈਠੇ ਜੀ। ਅਗਰ 5 ਮਹੀਨੇ 'ਚ ਆਪਣੀ ਗੌਰਮੈਂਟ ਨੂੰ ਉਹਦੀ ਜਿਹੜੀ ਪ੍ਰੋਬਲਮ ਸਮਝ ਨਹੀਂ ਆਈ, ਤਾਂ ਮੇਰਾ ਤਾਂ ਖਿਆਲ ਹੈ ਜਾਂ ਤਾਂ ਓਪਨਲੀ ਆ ਕੇ ਗੌਰਮੈਂਟ ਕਹਿੰਦੇ ਵੀ ਦੇਖੋ ਜੀ ਅਸੀਂ ਇਸ 'ਤੇ ਕੱਖ ਵੀ ਨਹੀਂ ਕਰਨਾ, ਜਿਹੜੇ ਬਿੱਲ ਬਣ ਗਏ ਆ ਉਹ ਬਣੇ ਰਹਿਣਗੇ, ਉਹ ਤੁਸੀਂ ਜੋ ਕਰਨਾ ਕਰ ਲਓ, ਆਪਣੇ ਬੈਠੇ ਜੇ ਪੀਸਫੁਲ ਬੈਠੇ ਰਹੋ। ਇੱਕ ਤਾਂ ਉਹਦਾ ਇਹ ਹੈ, ਇੱਕ ਬੰਦੇ ਤਾਂ ਅਸੀਂ ਕਹਿੰਦੇ ਆਓ ਸਾਡੇ ਨਾਲ ਮੀਟਿੰਗ ਕਰੋ, ਅੱਜ ਵੀ ਕੋਈ ਇੱਕ ਕਮੇਟੀ ਬਣੀ ਹੈ ਲੋਕਾਂ ਦੀ, ਹਾਂਜੀ ਤੁਸੀਂ ਇਹਨਾਂ ਨਾਲ ਮਿਲੋ। ਤੋ ਦੂਜੀ ਗੱਲ ਹੈ, ਅਗਰ ਬਿਮਾਰੀ ਦਾ ਤੁਸੀਂ ਕੋਈ ਆੜ ਲੈ ਕੇ ਉਹਨਾਂ ਨੂੰ ਉਠਾਉਣਾ ਹੈ, ਤੇ ਤੁਸੀਂ ਪਿਆਰ ਨਾਲ ਅੱਜ ਤੱਕ ਤਾਂ ਤੁਸੀਂ ਉਹਨਾਂ ਨੂੰ ਐਡਰੈਸ ਹੀ ਨਹੀਂ ਕੀਤਾ। 350 ਉਹਨਾਂ ਚੋਂ ਵੈਸੇ ਹੀ ਮਰ ਚੁੱਕੇ ਹੈ, ਅਗਰ 350 ਦੇ ਉੱਥੇ ਬੈਠੇ ਹੋਰ ਕਰੋਨਾ ਨਾਲ ਮਰ ਵੀ ਜਾਣਗੇ ਤੇ ਇਹਨਾਂ ਨੂੰ ਕੀ ਫਰਕ ਪੈਂਦਾ? ਅਗਰ ਜਿਹੜੇ 400 ਮਰੇ ਹੈ, ਅਸੀਂ ਉਹਨਾਂ ਤੇ ਇੱਕ ਵੀ ਜਿਹੜਾ ਕੋਈ ਆਪਣੀ ਸਹਾਨੁਭੂਤੀ ਦਾ ਜਾਂ ਦੂਜਾ ਕੋਈ ਇਹੋ ਜਿਹਾ ਇੱਕ ਲਫ਼ਜ਼ ਲਿਆ ਹੀ ਨਹੀਂ, ਇਹ ਲੋਕ ਇੱਥੇ ਮਰ ਗਏ। ਤੇ ਮੈਂ ਕਹਿੰਦਾ ਜੇ ਉਹ ਵਿਚਾਰੇ 500 ਹੋਰ ਵੀ ਮਰ ਜਾਣਗੇ, ਔਰ ਜੇ ਲਾ ਲੱਗ ਜਾਣਗੇ ਤੇ ਵੈਸੇ ਵੀ ਉਹਨਾਂ ਨੇ ਭੁੱਖ ਨਾਲ ਮਰਨਾ ਹੀ ਹੈ, ਉਹਨਾਂ ਲੋਕਾਂ ਕੋਲ ਤਾਂ ਹੋਰ ਕੋਈ ਚਾਰਾ ਨਹੀਂ ਹੈ। ਸੋ ਗਵਰਨਮੈਂਟ ਨੂੰ, ਇਹ ਡੈਮੋਕ੍ਰੇਟਿਕ ਕੰਟਰੀ ਹੈ, ਇਹ ਕੋਈ ਐਸੀ ਗੱਲ ਨਹੀਂ ਹੈ। ਮੋਦੀ ਸਾਹਿਬ ਬਿਲਕੁਲ ਪਾਵਰ 'ਚ ਰਹਿ ਸਕਦੇ ਆ, ਇਹਨਾਂ ਨੂੰ ਅਗਰ ਵਾਪਸ ਬਿੱਲਾਂ ਨੂੰ ਲੈ ਲਿਆ ਜਾਏ ਤਾਂ ਕੋਈ ਐਸੀ ਵੱਡੀ ਗੱਲ ਨਹੀਂ ਹੈ, ਇੱਥੇ ਕੋਈ ਆਉਣ ਦੀ ਲੋੜ ਨਹੀਂ। ਇੱਕ ਪਾਸੇ ਸਾਰੇ ਕੰਟਰੀ ਦੇ ਲੋਕ ਹੈ, ਕਰੋੜਾਂ ਲੋਕ ਐਜੀਟੇਟ ਕਰ ਰਹੇ, ਹੋ ਸਕਦਾ ਕਿ BJP ਦੇ ਕੋਈ ਸਪੋਰਟਰ ਵੀ ਹੁਣ, ਮੈਂ ਇਹ ਨਹੀਂ ਕਹਿੰਦਾ, ਪਰ ਦੇਖੋ ਵੀ ਇਹ ਇਸ਼ੂ ਕੀ ਹੈ, ਇਹ ਹਰ ਇੱਕ ਦਾ ਮਾਮਲਾ, ਕਿਸਾਨ ਦਾ ਹੈ, ਮਜ਼ਦੂਰ ਦਾ ਹੈ, ਕੰਜ਼ਿਊਮਰ ਦਾ ਹੈ, ਪੜ੍ਹੇ ਲਿਖੇ ਦਾ ਹੈ, ਦੁਨੀਆ ਲੈਵਲ ਦਾ ਹੈ। ਅੱਜ ਟਾਈਮ ਤੁਹਾਡੇ ਕੋਲ ਬਹੁਤ ਘੱਟ ਹੈ, ਕਿਸੇ ਦਿਨ ਫਿਰ ਗੱਲ ਕਰਾਂਗੇ। ਇਹ ਜਿਹੇ ਮੁੱਦੇ ਦਾ 40 ਸਾਲ ਪਹਿਲਾਂ ਅਮੈਰੀਕਾ ਜਦੋਂ ਲੱਗੇ ਸੀ, ਉਹ ਅੱਜ ਅਮੈਰੀਕਨ ਇੱਥੇ ਜਿਹੜੇ ਹੈ ਉਹ ਬੜੇ ਵਿਚਾਰੇ ਡੈਸਪਰੇਟ ਹੈ ਵੀ ਸਾਡੀ ਫਾਰਮਿੰਗ, ਡੇਅਰੀ ਫਾਰਮਿੰਗ, ਲਾਈਫ ਸਟਾਕ ਸਭ ਕੁਝ ਖਤਮ ਹੋ ਗਿਆ। ਉਹ ਇੱਕ ਡਾਕੂਮੈਂਟਰੀ ਬਣ ਰਹੀ ਹੈ ਜਿਹੜੀ ਕਿ ਇੱਕ ਆਪਣੇ ਇੰਡੀਅਨ ਫਿਲਮ ਮੇਕਰ ਨੇ ਬਣਾਈ ਆ, ਉਹ 1 ਮਈ ਨੂੰ ਆਉਣੀ ਹੈ। ਉਹ ਆਪਾਂ ਫਿਰ ਮੁੜ ਕੇ ਕਿਸੇ ਵਿਸ਼ੇ ਤੇ ਉਹਦੀ ਗੱਲ ਕਰਾਂਗੇ, ਆਪਾਂ ਫੁੱਲ ਪ੍ਰੋਗਰਾਮ, ਫੁੱਲ ਐਪੀਸੋਡ ਰੱਖ ਲਾਂਗੇ ਜੀ। ਹਾਂਜੀ, ਪਰ ਗਵਰਨਮੈਂਟ ਨੂੰ ਇਹਨਾਂ ਲੋਕਾਂ ਨਾਲ ਥੋੜੀ ਜਿਹੀ ਹਮਦਰਦੀ ਕਰਨੀ ਚਾਹੀਦੀ ਹੈ, ਆਪਣੇ ਲੋਕ ਹੈ ਜੀ। ਜੀ ਜੀ, ਬਾਈ ਸਾਹਿਬ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਗੁਰਨਾਥ। ਦਰਸ਼ਕੋ, ਇਹ ਸਨ ਸਰਦਾਰ ਰਸ਼ਪਾਲ ਸਿੰਘ, ਡਾਕਟਰ ਰਸ਼ਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ। ਜਿੱਦਾਂ ਉਹਨਾਂ ਨੇ ਕਿਹਾ, ਪੋਜ਼ਿਟਿਵ ਨੋਟ 'ਤੇ ਹੈ ਕਿ ਗੌਰਮੈਂਟ ਕਿਸਾਨਾਂ ਨੂੰ ਕਵੇ ਜਾ ਕੇ ਕਿ ਕਿਸਾਨ ਤੁਹਾਡੇ ਕਾਨੂੰਨ ਰੱਦ, ਕਰੋਨਾ ਮਹਾਂਮਾਰੀ ਫੈਲੀ ਹੋਈ ਹੈ, ਤੁਸੀਂ ਘਰੋਂ ਕਰੀ ਜਾਓ, ਔਰ ਮੈਂ ਗਰੰਟੀ ਕਰਦਾ ਕਿ ਇਹ ਕਿਸਾਨ ਗੌਰਮੈਂਟ ਦੀ ਰੱਜ ਕੇ ਹੈਲਪ ਕਰਨਗੇ ਲੋਕਾਂ ਨੂੰ ਘਰੇ ਪਹੁੰਚਾਉਣ ਤੱਕ। ਹਾਲਾਂਕਿ ਕੁਛ ਵੀ ਨਹੀਂ ਹੋਇਆ, ਤਾਂ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਮਜ਼ਦੂਰ ਦਿੱਲੀ ਤੋਂ ਘਰ ਨਾ ਜਾਣ, ਸਾਡੇ ਕੈਂਪਾਂ 'ਚ ਆ ਜਾਣ, ਤਾਂ ਅਸੀਂ ਉਹਨਾਂ ਦੀ ਰੋਟੀ ਦਵਾਈ ਦਾ ਇੰਤਜ਼ਾਮ ਕਰਾਂਗੇ। ਦਰਸ਼ਕੋ, ਮੈਂ ਇੱਕ ਪੋਜ਼ਿਟਿਵ ਨੋਟ 'ਤੇ ਐਂਡ ਕਰਦਾ ਹੁੰਦਾ ਕਿ ਛੱਤੀਸਗੜ੍ਹ ਦਾ ਜਿਹੜਾ ਦੰਤੇਵਾੜਾ ਡਿਸਟ੍ਰਿਕਟ ਦੇ ਵਿੱਚ DSP ਸ਼ਿਲਪਾ ਸਾਹੂ, ਇਹੋ ਹੀ ਸ਼ਿਲਪਾ ਸਾਹੂ ਹੈ, DSP ਇਹੋ ਹੀ ਸ਼ਿਲਪਾ ਸਾਹੂ ਹੈ, ਜਿਹੜੀ ਇੱਕ ਦੰਤੇਸ਼ਵਰੀ ਫਾਈਟਰਸ ਨਾਲ ਇੱਕ ਕੁੜੀਆਂ ਦੀ ਇੱਕ ਜਥੇਬੰਦੀ ਇਹਨਾਂ ਨੇ ਤਿਆਰ ਕੀਤੀ ਸੀ, ਕਿਉਂਕਿ ਰੇਪ ਦੇ ਕੇਸਿਸ ਜ਼ਿਆਦਾ ਹੋ ਗਏ ਸੀ ਜਾਂ ਬਹੁਤ, ਇਹ DSP ਰਹਿੰਦੇ ਰਹਿੰਦੇ ਇਹਨਾਂ ਨੇ ਹੋਏ ਹੀ ਇੱਕ ਜਥੇਬੰਦੀ, ਯਾਨੀ ਕਿ ਇੱਕ ਔਰਗਨਾਈਜੇਸ਼ਨ ਦੰਤੇਸ਼ਵਰੀ ਫਾਈਟਰਸ ਦੇ ਨਾਂ ਨਾਲ। ਬਹੁਤ ਅੱਛਾ ਪ੍ਰਭਾਵ ਪਿਆ ਲੋਕ ਬੱਚੀਆਂ ਦੇ ਵਿੱਚ, ਆਤਮ ਵਿਸ਼ਵਾਸ ਆਇਆ ਲੜਨ ਦੀ ਆਈ ਕਿ ਉਹ ਕੇਸ ਬਹੁਤ ਘੱਟ ਗਏ। ਅੱਜ ਉਹ ਆਪਦੇ ਘਰ ਨਹੀਂ ਬੈਠੀ ਕਿਉਂਕਿ ਉਹ 5 ਮਹੀਨੇ ਦੀ ਗਰਭਵਤੀ ਨੇ, ਫਿਰ ਵੀ ਉਹ ਆਪਦੀ ਡਿਊਟੀ ਕਰ ਰਹੇ ਹੈ। ਬਾਹਰ ਲੋਕਡਾਊਨ ਲੱਗਿਆ 27 ਅਪ੍ਰੈਲ ਤੱਕ, ਉਹ ਆਪਦੀ ਪੂਰੀ ਤਰ੍ਹਾਂ ਡਿਊਟੀ ਨਿਭਾ ਰਹੀ ਹੈ। ਇਹ ਹੈ ਪੋਜ਼ਿਟਿਵ ਨੋਟ, ਕਿਉਂਕਿ ਸੋਚ ਵੱਡੀ ਹੋਵੇ ਤਾਂ ਕਰਤੱਵ ਆਪੇ ਆਪ ਨਿਭ ਜਾਂਦੇ ਨੇ। ਦਰਸ਼ਕੋ, ਆਪਦਾ ਜੇ ਤੁਸੀਂ ਵੈਕਸੀਨ ਨਹੀਂ ਲਵਾਈ ਜ਼ਰੂਰ ਲਵਾਓ, ਫਿਰ ਵੀ ਅਵੇਸਲੇ ਹੋਣ ਦੀ ਲੋੜ ਨਹੀਂ ਹੈ, ਉਸ ਤੋਂ ਬਾਅਦ ਵੀ ਕੇਅਰਫੁਲ ਰਹੋ, ਲੋਕਲ ਗੌਰਮੈਂਟਸ ਦੀ ਗਾਈਡਲਾਈਨ ਫਾਲੋ ਕਰੋ। ਅੱਜ ਦਾ ਪ੍ਰੋਗਰਾਮ ਇੱਥੇ ਤਾਈਂ ਸੀ, ਕਿੱਦਾਂ ਦਾ ਲੱਗਿਆ ਕਮੈਂਟਸ ਜ਼ਰੂਰ ਕਰਨਾ। ਜੇ ਤੁਹਾਡੇ ਕੋਈ ਕੁਐਸਚਨ ਕਮੈਂਟਸ ਹੋਣ, info@justbroadcasting.com 'ਤੇ ਸਾਨੂੰ ਜ਼ਰੂਰ ਭੇਜਣਾ। ਆਪਣਾ ਖਿਆਲ ਰੱਖਿਓ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।